ਕੈਲਗਰੀ ਤੋਂ ਅਸੀਂ ਖੜੇ ਹਾਂ ਕੋਈ 160-170 ਕਿਲੋਮੀਟਰ ਬਾਹਰ, ਇੱਕ ਛੋਟਾ ਜਿਹਾ ਟਾਊਨ ਹੈ, ਰਸਤੇ ਦੇ ਵਿੱਚ ਰੁਕੇ ਹਾਂ ਅਤੇ ਅੱਜ ਅਸੀਂ ਦੇਖਣ ਦੇ ਲਈ ਜਾ ਰਹੇ ਹਾਂ ਜੀ ਬੈਂਫ, ਜਿਹਨੂੰ ਕੈਨੇਡਾ ਦੀ ਸਭ ਤੋਂ ਸੋਹਣੀ ਥਾਂ ਮੰਨਿਆ ਜਾਂਦਾ ਹੈਗਾ। ਭਾਵੇਂ ਕੋਈ ਵੈਨਕੂਵਰ ਰਹਿੰਦਾ ਹੈ, ਭਾਵੇਂ ਸਰੀ ਰਹਿੰਦਾ ਹੈ ਜਾਂ ਮੌਂਟਰੀਅਲ ਰਹਿੰਦਾ, ਹਰ ਕੋਈ ਬੈਂਫ ਨੂੰ ਘੁੰਮਣਾ ਚਾਹੁੰਦਾ ਅਤੇ ਉਹਨੂੰ ਸੋਹਣਾ ਦੱਸਦਾ ਹੈਗਾ। ਸਾਨੂੰ ਵੀ ਸਾਰਿਆਂ ਨੇ ਕਿਹਾ ਵੀ ਜੇ ਤੁਸੀਂ ਕੈਨੇਡਾ ਆਏ ਹੋ ਤਾਂ ਬੈਂਫ ਤੋਂ ਬਿਨਾਂ ਤਾਂ ਤੁਹਾਡਾ ਸਫ਼ਰ ਹੈ ਜਿਹੜਾ ਅਧੂਰਾ ਹੈ। ਸੋ ਅੱਜ ਆਪਾਂ ਚੱਲਦੇ ਹਾਂ, ਦੇਖਦੇ ਹਾਂ ਕਿ ਬੈਂਫ ਦਾ ਕਿਹੋ ਜਿਹਾ ਆਲਾ ਦੁਆਲਾ ਅਤੇ ਕਿੰਨਾ ਕੁ ਸੋਹਣਾ, ਉਹ ਸਾਰਾ ਆਪਾਂ ਅੱਜ ਦੇ ਬਲੌਗ 'ਚ ਦੇਖਾਂਗੇ। ਅਤੇ ਅੱਜ ਫਿਰ ਸਾਡੇ ਨਾਲ ਹੋਣਗੇ ਬਾਈ ਹਰਮਨ ਅਤੇ ਭੈਣ ਹਰਦੀਪ। ਇਹ ਹਮੇਸ਼ਾ ਆਪਣੇ ਨਾਲ ਹੀ ਹੁੰਦੇ ਆ, ਪਿਛਲੇ ਦੋ ਬਲੌਗ ਤੋਂ ਤੁਸੀਂ ਇਹਨਾਂ ਨੂੰ ਦੇਖ ਰਹੇ ਹੋ। ਪਿਛਲੇ ਬਲੌਗ ਤੁਹਾਨੂੰ ਪਛਾਣ 'ਚ ਨਹੀਂ ਪਤਾ, ਉਹ ਅੱਜ ਨਾ ਹੋਣ ਕਿਉਂਕਿ ਅੱਗੇ ਇਹਨਾਂ ਦੇ ਪੱਗ ਬੰਨੀ ਹੁੰਦੀ ਹੈ, ਅੱਜ ਐਵੇਂ ਆ ਗਏ, ਐਵੇਂ ਆਏ ਆ, ਹੈ ਨਾ। ਸੋ ਕਿਹੜਾ ਟਾਊਨ ਹੈ ਬਾਈ ਜੀ, ਆਪਾਂ ਕਿੱਥੇ ਖੜੇ ਹਾਂ? ਆਪਾਂ ਖੜੇ ਜੀ ਕੈਨਮੋਰ। ਕੈਨਮੋਰ ਇੱਥੋਂ ਆਪਣਾ ਸਟਾਰਟ ਹੋ ਜਾਣੀ ਆ, ਬੈਂਫ ਨੈਸ਼ਨਲ ਪਾਰਕ ਸਟਾਰਟ ਹੋਣੀ ਆ ਇੱਥੋਂ। ਠੀਕ ਹੈ, ਹਾਂਜੀ। ਅਤੇ ਅੱਜ ਆਪਾਂ ਸੋਹਣੇ ਸੋਹਣੇ ਪਲੇਸ ਦਿਖਾਉਣੇ ਤੁਹਾਨੂੰ ਕੈਨੇਡਾ ਦੀ। ਹਾਂਜੀ, ਨਾਲ ਆਪਾਂ ਰਿਪਨ ਬਾਈ ਦਾ ਬਰਥਡੇ ਮਨਾਉਂਦੇ ਹਾਂ, ਜਿਹਨਾਂ ਦਾ ਬਰਥਡੇ। ਜੀ ਜੀ, ਹੈਪੀ ਬਰਥਡੇ ਬ੍ਰਦਰ। ਹਾਂਜੀ, ਥੈਂਕ ਯੂ ਵੀਰੇ। ਇਹ ਅਸੀਂ ਪਹੁੰਚ ਗਏ ਹਾਂ ਬੈਂਫ ਨੈਸ਼ਨਲ ਪਾਰਕ ਦੇ ਮੇਨ ਗੇਟ 'ਤੇ, ਅਤੇ ਇਹਨੂੰ ਤੁਸੀਂ ਇਹਦੀ ਐਂਟਰੈਂਸ ਵੀ ਕਹਿ ਸਕਦੇ ਹੋ। ਇੱਥੇ ਇਹਦਾ ਸਾਈਨ ਬੋਰਡ ਲੱਗਿਆ ਹੋਇਆ ਬੈਂਫ ਨੈਸ਼ਨਲ ਪਾਰਕ ਦਾ, ਅਤੇ ਇਹਦੇ ਅੰਦਰ ਜਾਣ ਦੀ ਟਿਕਟ ਲੱਗਦੀ ਆ, ਅਤੇ ਫਿਰ ਅੰਦਰ ਪਾਰਕਿੰਗ ਕਹਿੰਦੇ ਫ੍ਰੀ ਹੈ, ਮਤਲਬ ਕਿਤੇ ਵੀ ਤੁਸੀਂ ਆਪਣੀ ਕਾਰ ਪਾਰਕ ਕਰ ਸਕਦੇ ਹੋ, ਪੂਰਾ ਦਿਨ ਤੁਰ ਫਿਰ ਸਕਦੇ ਹੋ। ਜਿੱਥੇ ਹੁਣ ਅਸੀਂ ਖੜੇ ਹਾਂ ਇਹ ਹਾਈਵੇ ਨੰਬਰ 1 ਹੈ, ਟਰਾਂਸ ਕੈਨੇਡਾ ਜਿਹਨੂੰ ਕਹਿੰਦੇ ਆ, ਪੂਰੇ ਕੈਨੇਡਾ ਦਾ ਜਿਹੜਾ ਆਰ ਪਾਰ ਹੁੰਦਾ, ਸਭ ਤੋਂ ਲੰਬਾ ਹਾਈਵੇ ਆ ਇੱਥੋਂ ਦਾ। ਅਤੇ ਹੁਣ ਇੱਥੇ ਅਸੀਂ ਸ਼ਹਿਰ 'ਚ ਜਾਵਾਂਗੇ। ਇਸ ਤੋਂ ਬਾਅਦ ਜਿਹੜਾ ਇਹ ਬੈਂਫ ਹੈ, ਇਹ ਪੂਰਾ ਅਸਲ 'ਚ ਨੈਸ਼ਨਲ ਪਾਰਕ ਹੈ, ਮਤਲਬ ਇਕੱਲਾ ਸ਼ਹਿਰ ਨਹੀਂ ਹੈਗਾ, ਸ਼ਹਿਰ ਆਪਾਂ ਘੁੰਮਾਂਗੇ। ਅਤੇ ਇਹਦੇ ਅੰਦਰ ਹੋਰ ਕਾਫੀ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਤੁਰ ਫਿਰ ਕੇ ਦੇਖ ਸਕਦੇ ਹੋ। ਅਤੇ ਹੁਣ ਆਪਾਂ ਉੱਥੋਂ ਟਿਕਟ ਲੈ ਲਈਏ ਪਹਿਲਾਂ, ਅਤੇ ਐਂਟਰੈਂਸ ਕਰਕੇ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਲਾਈਨ ਕਾਫੀ ਜ਼ਿਆਦਾ ਲੰਬੀ ਹੈ, ਅਤੇ ਤਕਰੀਬਨ ਅੱਧੇ ਘੰਟੇ ਬਾਅਦ ਸਾਡੀ ਕਾਰ ਨੇੜੇ ਜੇ ਪਹੁੰਚਣ ਲੱਗੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੇ ਲੋਕ ਰੋਜ਼ਾਨਾ ਬੈਂਫ ਨੈਸ਼ਨਲ ਪਾਰਕ ਨੂੰ, ਇਸ ਦੁਨੀਆ ਦੀ ਸੋਹਣੀ ਥਾਂ ਨੂੰ ਘੁੰਮਣ ਫਿਰਨ ਦੇ ਲਈ ਆਉਂਦੇ ਆ। ਅਤੇ ਜੇ ਇਹਦੀ ਐਂਟਰੀ ਫੀਸ ਦੀ ਗੱਲ ਕਰੀਏ, ਅਤੇ ਇਹ ਫੈਮਿਲੀ ਦੇ ਲਈ ਜੀ $22 ਹੈ, ਅਤੇ ਜੇ ਸਿੰਗਲ ਪਰਸਨ ਦੀ ਲੈਣੀ ਹੈ ਸਿੰਗਲ ਸਿੰਗਲ ਕਰਕੇ ਤਾਂ $11 ਪਰ ਪਰਸਨ ਹੈ ਜੀ। ਅਤੇ ਅਸੀਂ ਤਾਂ 4 ਜਾਣੇ ਗਰੁੱਪ 'ਚ ਹੀ ਹਾਂ, ਲਗਭਗ ਫੈਮਿਲੀ ਦਾ ਤੁਸੀਂ ਰੱਖ ਸਕਦੇ ਹੋ। ਅਤੇ $22 ਹੈ ਜੀ ਸਾਡੀ ਇਹ ਫੀਸ ਲੱਗਣੀ ਹੈ, ਮੇਰੇ ਖਿਆਲ 'ਚ ਕਾਰ ਦੀ ਉਹ ਲਗਭਗ ਫੀਸ ਲੈਂਦੇ ਆ। ਆ ਗਿਆ ਬੈਂਫ ਨੈਸ਼ਨਲ ਪਾਰਕ, ਇੱਥੇ ਵੀ ਲੱਗਿਆ ਹੋਇਆ, ਪੂਰੇ ਕੈਨੇਡਾ ਦਾ ਸਭ ਤੋਂ ਸੋਹਣੀ ਥਾਂ ਮੰਨਿਆ ਜਾਂਦਾ ਇਹਨੂੰ, ਸਭ ਤੋਂ ਸੋਹਣੀ, ਸਭ ਤੋਂ ਵੱਧ ਲੋਕ ਇੰਟਰਸਟਡ ਨੇ ਇਹ ਪਲੇਸ ਨੂੰ ਦੇਖਣ ਦੇ ਵਿੱਚ। ਇਹ ਅਸੀਂ ਪਹੁੰਚ ਗਏ ਹਾਂ ਜੀ ਬੈਂਫ ਪਿੰਡ ਦੇ ਵਿੱਚ, ਪਿੰਡ ਕਹਿ ਸਕਦੇ ਹੋ, ਟਾਊਨ ਕਹਿ ਸਕਦੇ ਹੋ, ਸ਼ਹਿਰ 'ਚ ਕਹਿ ਸਕਦੇ ਹੋ, ਪਹਾੜਾਂ 'ਚ ਵਸਿਆ ਹੋਇਆ ਛੋਟੀ ਜਿਹੀ ਆਬਾਦੀ ਵਾਲਾ ਪਿੰਡ ਹੈ। ਸਭ ਤੋਂ ਪਹਿਲਾਂ ਅਸੀਂ ਜਾਣਾ ਇਨਫੋਰਮੇਸ਼ਨ ਸੈਂਟਰ 'ਤੇ, ਅਤੇ ਇਨਫੋਰਮੇਸ਼ਨ 'ਤੇ ਸਾਨੂੰ ਪਤਾ ਲੱਗੂ ਕਿ ਇੱਥੇ ਦੇਖਣ ਵਾਲਾ ਕੀ ਕੁਛ ਹੈ, ਕਿਹੋ ਜਿਹਾ ਬੈਂਫ ਸਾਰਾ, ਅਤੇ ਬਾਕੀ ਗੰਡੋਲਾ, ਅਤੇ ਕਹਿੰਦੇ ਇੱਕ ਪਹਾੜ 'ਤੇ ਜਾਇਆ ਜਾ ਸਕਦਾ ਹੈ, ਜਾਂ ਹੋਰ ਕੀ ਕੁਛ ਹੈ ਇੱਥੇ, ਉਹ ਸਾਰੀ ਇਨਫੋਰਮੇਸ਼ਨ ਪਹਿਲਾਂ ਲੈਂਦੇ ਹਾਂ, ਅਤੇ ਫਿਰ ਨਾਲ ਹੀ ਜੀ ਤੁਹਾਨੂੰ ਅਸੀਂ ਸਾਰਾ ਘੁਮਾਵਾਂਗੇ। ਇਹ ਬੈਂਫ ਵਿਜ਼ਟਰ ਸੈਂਟਰ ਇਹਨੂੰ ਕਹਿ ਦਿੰਦੇ ਆ, ਆਹ ਸੀਗਾ ਜੀ, ਅਤੇ ਇਹਦੇ ਅੰਦਰ ਚੱਲਦੇ ਹਾਂ। ਵਿਜ਼ਟਰ ਸੈਂਟਰ ਤੋਂ ਕੁਛ ਆ ਮੈਪ ਗਾਈਡ ਅਤੇ ਹੋਰ ਇਨਫੋਰਮੇਸ਼ਨ ਮਿਲੀ ਹੈਗੀ, ਅਤੇ ਜਿਵੇਂ ਤੁਹਾਨੂੰ ਦੱਸੀ ਸੀ ਸ਼ੁਰੂ 'ਚ, ਸ਼ਹਿਰ ਇਹ ਕਾਫੀ ਜ਼ਿਆਦਾ ਵੱਡਾ ਹੈ, ਸਾਨੂੰ ਉਵੇਂ ਪਤਾ ਲੱਗਿਆ, ਅਤੇ ਇਹ 'ਚ ਕਾਫੀ ਚੀਜ਼ਾਂ ਇਹ ਦੇਖਣ ਵਾਲੀਆਂ। ਵੈਸੇ ਤਾਂ ਬੈਂਫ ਜਿਹੜਾ ਪੂਰਾ ਨੈਸ਼ਨਲ ਪਾਰਕ ਹੈ, ਅਤੇ ਇਹਦੇ ਵਿੱਚ ਹੀ ਬਹੁਤ ਕੁਛ ਹੈ ਆਪਣੇ ਆਪ 'ਚ, ਲੇਕਸ ਨੇ ਇਹਦੇ ਵਿੱਚ, ਇਹਦੇ ਵਿੱਚ ਹਾਈਕਿੰਗ ਨੇ, ਪੀਕਸ ਨੇ, ਬੰਦੇ ਦਾ ਇੰਟਰਸਟ ਹੈ ਬੰਦੇ ਨੇ ਕਿੱਥੇ ਕਿੱਥੇ ਜਾਣਾ। ਸੋ ਅਸੀਂ ਅੱਜ ਇਸ ਵਲੌਗ ਦੇ ਰਾਹੀਂ ਪਹਿਲਾਂ ਆਪਾਂ ਐਕਸਪਲੋਰ ਕਰਾਂਗੇ ਡਾਊਨ ਟਾਊਨ, ਦੇਖਾਂਗੇ ਅਸੀਂ ਡਾਊਨ ਟਾਊਨ ਘੁੰਮਣਾ ਜਿਹੜਾ ਬੈਂਫ ਟਾਊਨ ਦਾ, ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਗਲੀਆਂ 'ਚ ਫਿਰ ਗੰਡੋਲਾ ਰਾਈਡ ਹੈ ਇੱਕ, ਇੱਥੇ ਉਹ ਗੰਡੋਲਾ 'ਤੇ ਜਾਵਾਂਗੇ, ਅਤੇ ਉੱਥੇ ਜਾ ਕੇ ਉੱਥੋਂ ਵਿਊ ਪੁਆਇੰਟਸ ਨੇ, ਅਤੇ ਪੂਰੇ ਇਹ ਨੈਸ਼ਨਲ ਪਾਰਕ 'ਤੇ ਉਹ ਤੁਹਾਨੂੰ ਦਿਖਾਉਣੇ ਆ,
ਤੇ ਜਾਂ ਫਿਰ ਉਸ ਤੋਂ ਬਾਅਦ ਲੇਕ ਲੂਇਸ ਇੱਕ ਸਾਨੂੰ ਪਤਾ ਲੱਗਿਆ ਤੇ ਤੁਹਾਨੂੰ ਉਹ ਦਿਖਾਵਾਂਗੇ। ਮੌਸਮ ਦੀ ਗੱਲ ਕਰੀਏ, ਦਿਨ ਅੱਜ ਬਹੁਤ ਜ਼ਿਆਦਾ ਸੋਹਣਾ, ਪਰ ਅਸੀਂ ਇੰਨਾ ਐਕਸਪੈਕਟ ਨਹੀਂ ਕਰਕੇ ਸੀ ਵੀ ਇੰਨੀ ਗਰਮੀ ਹੋ। ਆਪਾਂ ਖੁਸ਼ ਆਪਾਂ ਨੂੰ ਐਂ ਲੱਗਦਾ ਸੀ ਵੀ ਠੰਡ ਤਾਂ ਐਸੇ ਵੀ ਬਹੁਤ ਠੰਡ ਹੋਊਗੀ, ਇਸ ਤਰ੍ਹਾਂ ਨਾਲ ਕੋਟ ਵੀ ਚੱਕ ਕੇ ਲੈ ਕੇ ਆਏ ਵੀ ਬੈਂਫ 'ਚ ਠੰਡ ਹੀ ਪੈਂਦੀ ਹੈ ਮੋਸਟਲੀ, ਹੈ ਨਾ, ਸਭ ਤੋਂ ਠੰਡਾ ਏਰੀਆ ਰਹਿੰਦਾ। ਹਾਂਜੀ, ਪਰ ਮੌਸਮ ਸੋਹਣਾ, ਧੁੱਪ ਨਿਕਲੀ ਹੋਈ ਹੈ, ਵਿਜੀਬਿਲਿਟੀ ਚੰਗੀ ਹੈ ਤੇ ਹੁਣ ਅਸੀਂ ਡਾਊਨ ਟਾਊਨ ਦੇ ਵੱਲ ਹੀ ਚੱਲਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਅਤੇ ਨਾਲ ਤੁਹਾਨੂੰ ਹੋਰ ਦੱਸਦਾ, ਜਿਹੜਾ ਬੈਂਫ ਨੈਸ਼ਨਲ ਪਾਰਕ ਹੈ 1885 ਦੇ ਵਿੱਚ ਹੋਣ 'ਚ ਆਇਆ ਸੀ ਜਾਂ ਬਣਿਆ ਸੀਗਾ, ਅਤੇ ਇਹ ਹੈਗਾ ਜੀ ਯੂਨੈਸਕੋ ਵਰਲਡ ਹੈਰੀਟੇਜ ਦਾ ਹਿੱਸਾ ਵੀ ਇਹ ਜਿਹੜਾ ਇਹ ਨੈਸ਼ਨਲ ਪਾਰਕ ਹੈ। ਇਹ ਸਾਰਾ ਡਾਊਨ ਟਾਊਨ ਦੀਆਂ ਗਲੀਆਂ, ਸ਼ਹਿਰ ਹੈ ਇਹ, ਅਤੇ ਤੁਰਦੇ ਤੁਰਦੇ ਆਪਾਂ ਸਾਰਾ ਇਹ ਦਿਖਾਉਣਾ ਤੁਹਾਨੂੰ ਹੁਣ ਨਾਲ ਨਾਲ। ਪਹਿਲਾਂ ਤੁਹਾਨੂੰ ਬੈਂਫ ਦੇ ਨਾਮ ਬਾਰੇ ਦੱਸ ਦਈਏ ਕਿ ਇਹਦਾ ਨਾਮ ਬੈਂਫ ਕਿਉਂ ਪਿਆ। ਜਿਹੜੀ CPC ਇਹਨੂੰ ਕੈਨੇਡੀਅਨ ਪੈਸੀਫਿਕ ਰੇਲਵੇ ਕਿਹਾ ਜਾਂਦਾ ਹੈਗਾ, ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਸੀ ਨਾ ਜਾਰਜ ਸਟੀਫਨ, ਉਹਨਾਂ ਦਾ ਜਿਹੜਾ ਜਨਮ ਹੋਇਆ ਉਹ ਸਕਾਟਲੈਂਡ 'ਚ ਬੈਂਫ ਨਾਮ ਦੀ ਜਗ੍ਹਾ 'ਤੇ ਹੋਇਆ, ਅਤੇ ਉਹਨਾਂ ਨੇ ਆਪਣੇ ਬਰਥ ਪਲੇਸ ਨੂੰ ਹੀ ਮਤਲਬ ਇਸ ਜਗ੍ਹਾ ਨੂੰ ਦੁਬਾਰਾ ਉਹਦਾ ਨਾਮ ਰੱਖਿਆ ਬੈਂਫ, ਉਹਨਾਂ ਤੋਂ ਉਹਨਾਂ ਦਾ ਰੱਖਿਆ ਹੋਇਆ ਇਹ ਨਾਮ ਹੈ, ਜਿਹਦੋਂ ਬਾਅਦ ਬਹੁਤ ਜ਼ਿਆਦਾ ਦੁਨੀਆ 'ਚ ਮਸ਼ਹੂਰ ਆ। ਇਹ ਦੇਖੋ ਜੀ, ਇਹ ਡਾਊਨ ਟਾਊਨ ਹੈ, ਇੱਥੋਂ ਦਾ ਭੀੜ ਭੜੱਕਾ ਕਾਫੀ ਜ਼ਿਆਦਾ ਹੈ, ਚਹਿਲ ਪਹਿਲ ਕਾਫੀ ਜ਼ਿਆਦਾ ਹੈਗੀ, ਮੈਨੂੰ ਲੱਗਦਾ ਸਭ ਤੋਂ ਵੱਧ ਜਿਵੇਂ ਘੁੰਮਣ ਫਿਰਨ ਵਾਲੀ ਕੈਨੇਡਾ 'ਚ ਜਗ੍ਹਾ ਮੰਨੀ ਜਾਂਦੀ ਹੈ ਨਾ, ਵਾਕਈ ਘੁੰਮਣ ਆਉਂਦੇ ਆ ਇਹਨੂੰ ਲੋਕ, ਅਤੇ ਇਕੱਲੇ ਮਤਲਬ ਉਹੀ ਨਹੀਂ ਹੈਗਾ, ਆਪਣੇ ਬੰਦੇ ਨਹੀਂ, ਆ ਗੋਰੀ ਗੋਰੀ ਤੁਹਾਨੂੰ ਦੇਖਣ ਨੂੰ ਮਿਲ ਰਹੇ। ਦੇਖੋ ਗੋਰਿਆਂ ਦਾ ਇਹੋ ਜਿਹੇ ਦਿਨ ਨਾ ਬਹੁਤ ਪਸੰਦ ਆ, ਸਨੀ ਡੇ ਜਿਹੜੇ ਅੱਜ ਦੇ ਆ, ਪਰ ਕਹਿੰਦੇ ਥੋੜ੍ਹਾ ਜਿਹਾ ਮੌਸਮ ਖਰਾਬ ਹੋਇਆ ਨਹੀਂ ਇੱਥੇ, ਅਤੇ ਠੰਡ ਬਹੁਤ ਜ਼ਿਆਦਾ ਪੈਂਦੀ ਆ ਪੂਰੇ ਮਤਲਬ ਅਲਬਰਟਾ ਦੇ ਵਿੱਚ ਹੀ, ਸਭ ਤੋਂ ਡਾਊਨ ਟੈਂਪਰੇਚਰ ਹੁੰਦਾ ਕਹਿੰਦੇ ਵਿੰਟਰ 'ਚ ਆ ਸਟੇਟ ਦਾ, ਜਿਹੜਾ ਆਹ ਪ੍ਰੋਵਿੰਸ ਹੈ -40-45 ਤੱਕ ਚਲਿਆ ਜਾਂਦਾ ਹੈਗਾ। ਸਾਈਕਲਿੰਗ ਦਾ ਕਾਫੀ ਜ਼ਿਆਦਾ ਟ੍ਰੈਂਡ ਹੈਗਾ, ਬਹੁਤ ਲੋਕ ਸਾਈਕਲ ਹਾਇਰ ਰੈਂਟ 'ਤੇ ਕਰਕੇ ਹਾਇਰ ਕਰਕੇ ਨਾ ਘੁੰਮ ਫਿਰ ਰਹੇ। ਸੋ ਇਹ ਕੈਨੇਡਾ ਦਾ ਸਭ ਤੋਂ ਪੁਰਾਣਾ ਨੈਸ਼ਨਲ ਪਾਰਕ ਆ, ਸੋ ਇਸ ਕਰਕੇ ਐਵਰੀ ਈਅਰ ਮੋਰ ਦੈਨ ਲਾਈਕ 40 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਆ ਉਹ ਇੱਥੇ ਵਿਜ਼ਿਟ ਕਰਨ ਲਈ ਆਉਂਦੇ ਆ। ਇਹ ਸੋਹਣੇ ਜਿਹੇ ਮਾਊਂਟੇਨ ਦੇ ਨਾਲ ਜਿਹੜਾ ਰੁਕਿਆ ਹੋਇਆ ਸ਼ਹਿਰ ਦੇਖੋ। ਵੈਸੇ ਤਾਂ ਹੋਰ ਵੀ ਚੀਜ਼, ਹੋਰ ਵੀ ਨੈਸ਼ਨਲ ਪਾਰਕ ਤਾਂ ਹੋਰ ਵੀ ਹੋਣਗੇ ਕੈਨੇਡਾ 'ਚ, ਹੈ ਨਾ। ਹਾਂਜੀ, ਸਭ ਤੋਂ ਪਾਪੂਲਰ ਪਰ ਇਹ ਆ, ਸਭ ਤੋਂ ਪਾਪੂਲਰ ਇਹ। ਓਕੇ ਜੀ, ਅਤੇ ਆਹ ਇੱਥੋਂ ਦੀ ਪਬਲਿਕ ਟਰਾਂਸਪੋਰਟ ਹੈ ਜੀ, ਅਤੇ ਇਹਨਾਂ 'ਚ ਵੀ ਤੁਸੀਂ ਚੱਲ ਫਿਰ ਸਕਦੇ ਹੋ, ਇਹਦੇ 'ਚ ਜਾ ਸਕਦੇ ਹੋ। ਇਹ ਵੀ ਬਾਈ ਡੇ ਪਾਸ ਦੇ ਵਿੱਚ ਹੀ ਆਉਂਦਾ ਜਾਂ ਇਹਦੀ ਕਿਵੇਂ ਹੈਗਾ, ਮਤਲਬ ਵਿੱਚ ਹੀ ਆਉਂਦਾ ਜੇ ਜਾਂ ਇਹਦੀ ਅਲੱਗ ਤੋਂ ਟਿਕਟ ਬਾਏ ਕਰਨੀ ਪੈਂਦੀ ਹੈ? ਨਹੀਂ, ਇਹਦੀ ਆਪਾਂ ਨੂੰ ਅਲੱਗ ਤੋਂ ਬਾਏ ਟਿਕਟ ਕਰਨੀ ਪੈਣੀ ਆ। ਅੱਛਾ ਜੀ, ਹਾਂਜੀ ਠੀਕ ਹੈ। ਬਾਕੀ ਤੁਹਾਨੂੰ ਇਹ ਰਿਕਮੈਂਡ ਕਰਦੇ ਆ ਸਿਟੀ ਵਾਲੇ ਵੀ ਤੁਸੀਂ ਜ਼ਿਆਦਾ ਇਹੀ ਯੂਜ਼ ਕਰੋ, ਕਿਉਂਕਿ ਗੱਡੀਆਂ ਦੀ ਪਾਰਕਿੰਗ ਲਿਮਿਟਡ ਹੋ ਜਾਂਦੀ ਆ, ਤਾਂ ਪਾਰਕ ਕਾਰਾਂ ਨੂੰ ਆਪਾਂ ਇੱਧਰ ਉੱਧਰ ਲਿਜਾ ਨਹੀਂ ਸਕਦੇ ਆ। ਹਾਂਜੀ, ਕਾਰਾਂ ਬਾਹਲੀਆਂ ਜ਼ਿਆਦਾ ਹੋ ਜਾਂਦੀਆਂ, ਪਾਰਕਿੰਗ ਲਿਮਿਟਡ ਹੋ ਜਾਂਦੀ ਆ, ਸੋ ਸਿਟੀ ਰਿਕਮੈਂਡ ਕਰਦੀ ਹੈ ਵੀ ਤੁਸੀਂ ਪਬਲਿਕ ਟਰਾਂਸਪੋਰਟ ਯੂਜ਼ ਕਰੋ। ਠੀਕ ਹੈ ਜੀ, ਹਾਂਜੀ। ਸ਼ਹਿਰ ਜਿਵੇਂ ਤੁਹਾਨੂੰ ਦੱਸਿਆ ਨਾ, ਏਰੀਆ ਵਾਹਵਾ ਵੱਡਾ ਇਹ, ਕਾਫੀ ਵੱਡਾ, ਅਤੇ ਤਾਂ ਕਰਕੇ ਵਧੀਆ ਇਹਦੇ ਤੁਰ ਫਿਰ ਕੇ ਦੇਖਣ ਨੂੰ। ਨਾਲੇ ਨਾ ਜਿਹੜਾ ਇੱਥੋਂ ਦਾ ਟੈਂਪਰੇਚਰ ਹੈ ਕੋਈ ਬਹੁਤਾ ਉੱਪਰ ਨਹੀਂ ਹੈਗਾ, ਮੇਰੇ ਖਿਆਲ 'ਚ 20 ਤੋਂ 30 ਥੱਲੇ ਹੋਣਾ ਹਜੇ ਵੀ, ਅਤੇ ਪਰ ਧੁੱਪ ਇੱਥੇ ਇੰਨੀ ਕੁ ਜ਼ਿਆਦਾ ਤਿੱਖੀ ਹੈ ਅਤੇ ਚੁੱਭਦੀ ਹੈ ਨਾ, ਇਹ ਪਤਾ ਨਹੀਂ ਹਮੇਸ਼ਾ ਹੀ ਬਈ ਇਹ ਧੁੱਪ ਇੱਥੇ ਹਮੇਸ਼ਾ ਹੀ ਇੰਨੀ ਆਲਵੇਂ ਤਿੱਖੀ ਪੈਂਦੀ ਹੈਗੀ। ਹਾਂਜੀ, ਜਦੋਂ ਬੱਦਲ ਨਹੀਂ ਹੈਗੇ ਤਾਂ ਆਲਵੇਜ਼ ਇੱਦਾਂ ਹੀ ਰਹਿਣੀ ਆ। ਅੱਛਾ ਜੀ, ਕੁਛ ਇਹਦਾ ਨਾ ਆਪਣਾ ਜਿਹੜਾ ਇੱਕ ਤਾਂ ਆਪਾਂ ਹਾਈ ਲਾਈਕ ਐਟੀਟਿਊਡ 'ਤੇ ਹਾਂ, ਹਾਂਜੀ, ਇੱਕ ਇਹਦੇ ਜਿਹੜੀ ਓਜ਼ੋਨ ਲੇਅਰ ਆ, ਹਾਂਜੀ, ਉਹ ਵੀ ਮਤਲਬ ਖਰਾਬ ਹੋਈ ਹੋਈ ਹੈ ਇੱਥੋਂ ਉੱਪਰੋਂ। ਰੱਖਣੀ ਪੈਂਦੀ ਥੋੜੀ ਤੁਹਾਨੂੰ,
ਤੇ ਮੈਂ ਤੁਹਾਨੂੰ ਦੱਸਦਾ ਜਿਵੇਂ ਨਾ ਅਸੀਂ ਦੇਖਦੇ ਨਾ ਸੇਮ ਮਤਲਬ ਜਿਵੇਂ ਹਾਈ ਅਲਟੀਟਿਊਡ 'ਚ ਜਾਂ ਲੇਹ ਲਦਾਖ ਜਾ ਕੇ ਧੁੱਪ ਇੰਨੀ ਸੂਰਜ ਤਿੱਖਾ ਵੱਜਦਾ ਹੁੰਦਾ ਅਤੇ ਉਨਾ ਚੁੱਭ ਰਿਹਾ ਹੈਗਾ। ਜਿੰਨਾ ਕੁ ਅਸੀਂ ਹੁਣ ਤੱਕ ਘੁੰਮ ਫਿਰ ਕੇ ਦੇਖਿਆ ਨਾ, ਸਾਨੂੰ ਬੈਂਫ ਬਿਲਕੁਲ ਸਵਿਟਜ਼ਰਲੈਂਡ ਦੇ ਸ਼ਹਿਰ ਇੰਟਰਲਾਕਨ ਵਰਗਾ ਲੱਗ ਰਿਹਾ। ਉਸੇ ਤਰ੍ਹਾਂ ਛੋਟਾ ਜਿਹਾ ਟਾਊਨ ਹੈ, ਛੋਟੇ ਛੋਟੇ ਪਹਾੜ ਨੇ ਅਤੇ ਉਵੇਂ ਟੂਰਿਸਟ ਅਟਰੈਕਸ਼ਨ ਲਈ ਛੋਟੀਆਂ ਛੋਟੀਆਂ ਜਿਹੀਆਂ ਦੁਕਾਨਾਂ ਬਣੀਆਂ ਹੋਈਆਂ ਨੇ। ਮਤਲਬ ਜਮਾਂ ਸਿਮਿਲਰ ਲੱਗ ਰਿਹਾ ਸਾਨੂੰ, ਹੋ ਸਕਦਾ ਕਿਸੇ ਹੋਰ ਨੂੰ ਨਾ ਲੱਗੇ ਪਰ ਸਾਨੂੰ ਜਮਾਂ ਕਿਉਂਕਿ ਅਸੀਂ ਪਹਿਲਾਂ ਸੀ ਨਾ ਘੁੰਮਿਆ ਹੋਇਆ ਸਾਰਾ ਮਤਲਬ ਇੰਟਰਲਾਕਨ, ਉਵੇਂ ਲੱਕੜ ਦੇ ਘਰ ਆਦਿਵਾਸੀ ਆਰਟੀਟੈਕਟ ਵੀ ਉਵੇਂ ਹੈ ਨਾ, ਅਤੇ ਜਿਹਨੇ ਪਹਿਲਾਂ ਦੇਖਿਆ ਹੈਗਾ ਮਤਲਬ ਉਹ ਬੰਦਾ ਫੀਲ ਕਰ ਸਕਦਾ ਹੈਗਾ। ਅਤੇ ਸਾਨੂੰ ਕੋਈ ਫਰਕ ਨਹੀਂ ਲੱਗ ਰਿਹਾ ਬੈਂਫ ਅਤੇ ਇਹਦੇ ਵਿੱਚ ਹੈ ਨਾ। ਅਤੇ ਪਹਿਲੀ ਵਾਰ ਅੱਜ ਇੱਥੇ ਆ ਕੇ ਦੇਖਿਆ, ਤੁਸੀਂ ਦੇਖੋ ਰੌਣਕ ਮੇਲਾ ਤਾਂ ਹੈਗੀ ਆ, ਨਾਲ ਬਾਹਰਲੇ ਪਾਸੇ ਜਿਵੇਂ ਯੂਰਪ ਦਾ ਕਲਚਰ ਹੈ ਨਾ, ਬਾਹਰੇ ਬਹਿਣਾ ਅਤੇ ਜਿਹੜੇ ਰੈਸਟੋਰੈਂਟ ਬਣੇ ਹੋਏ ਆ ਵੀ ਆਪਾਂ ਇੱਦਾਂ ਹੀ ਬਾਹਰ ਬਹਿ ਕੇ ਖਾਧਾ ਸੀ ਨਾ, ਹਾਂਜੀ ਉੱਥੇ ਵੀ ਮਤਲਬ ਕੈਫੇ ਵਾਲਾ ਕਲਚਰ ਜ਼ਿਆਦਾ ਵੀ ਬਾਹਰ ਬਹਿ ਕੇ ਖਾਣਾ ਪੀਣਾ। ਹਾਂਜੀ ਉਸੇ ਤਰ੍ਹਾਂ ਇੱਥੇ ਨਹੀਂ, ਆਪਾਂ ਖੁਸ਼ੀ ਪਹਿਲਾਂ ਸਰੀ 'ਚ ਹੋਰ ਕਿਤੇ ਨਹੀਂ ਦੇਖੀਆਂ ਇਹ ਚੀਜ਼ਾਂ ਹੈ ਨਾ। ਅਤੇ ਜਿਹੜੀ ਇਹ ਸਟਰੀਟ ਹੈ ਇਹੀ ਮੇਨ ਸਟਰੀਟ ਹੈ ਇੱਕ, ਜਿਹੜੀ ਬੈਂਫ ਦੀ ਸਭ ਤੋਂ ਜ਼ਿਆਦਾ ਪਾਪੂਲਰ ਹੈ ਡਾਊਨ ਟਾਊਨ ਜਿਹਨੂੰ ਇਹ ਕਹਿੰਦੇ ਆ। ਜਿਹੜਾ ਬੈਂਫ ਹੈ ਨਾ ਇਹ ਕੈਨੇਡਾ ਦੇ ਸਭ ਤੋਂ ਉੱਚੇ ਸ਼ਹਿਰਾਂ 'ਚੋਂ ਵੀ ਆਉਂਦਾ ਹੈਗਾ, ਅਤੇ ਜਿਹੜੀ ਇਹਦੀ ਐਲੀਵੇਸ਼ਨ ਹੈ 45-46 100 ਫੁੱਟ ਮੇਰੇ ਖਿਆਲ 'ਚ ਇਹਦਾ ਹੈਗਾ। ਸੈਕਿੰਡ ਹਾਈਐਸਟ ਇਹਨੂੰ ਮੰਨਿਆ ਜਾਂਦਾ, ਜਿਹੜਾ ਫਸਟ ਹਾਈਐਸਟ ਉਹ ਲੇਕ ਲੂਇਸ ਹੈ। ਮਤਲਬ ਬੈਂਫ ਨੈਸ਼ਨਲ ਪਾਰਕ ਜਿੰਨਾ ਇਹ ਏਰੀਆ ਕੈਨੇਡਾ ਦਾ ਸਭ ਤੋਂ ਉੱਚੇ ਪਹਾੜਾਂ 'ਚੋਂ ਅਤੇ ਸਭ ਤੋਂ ਉੱਚੇ ਏਰੀਏ 'ਚੋਂ ਇੱਕ ਮੰਨਿਆ ਜਾਂਦਾ ਹੈਗਾ ਇਹਨੂੰ। ਕੈਨੇਡਾ ਦੇ ਨਾ ਬਾਕੀ ਟਾਊਨਸ ਦੇ ਮੁਕਾਬਲੇ ਜਿਵੇਂ ਹੁਣ ਤੱਕ ਅਸੀਂ ਪਹਿਲਾਂ ਸਰੀ ਘੁੰਮੇ ਹਾਂ ਜਾਂ ਐਬਸਫੋਰਡ ਘੁੰਮੇ ਹਾਂ, ਜਿਹੜੇ ਛੋਟੇ ਛੋਟੇ ਆ ਭਾਵੇਂ ਵੱਡੇ ਆ, ਹੈ ਨਾ ਵੈਨਕੂਵਰ ਸੀਗਾ। ਅਤੇ ਜਿਹੜਾ ਇਹ ਆ ਇੱਥੇ ਕਾਫੀ ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ, ਅਤੇ ਵੈਸੇ ਵਸਿਆ ਵੀ ਇਹ ਬਹੁਤ ਪੁਰਾਣਾ ਹੋਇਆਗਾ, ਲਗਭਗ ਡੇਢ ਸੌ ਸਾਲ ਹੋਣ ਵਾਲਾ ਇਹਨੂੰ ਵਸੇ ਨੂੰ। ਅਤੇ ਇਸੇ ਕਰਕੇ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਸ਼ਹਿਰ 'ਚ, ਘਰ ਲੱਕੜ ਦੇ ਮੋਸਟਲੀ ਹੈਗੇ ਆ। ਨਹੀਂ ਤਾਂ ਜਿੰਨੇ ਵੀ ਜਿਵੇਂ ਸਰੀ ਦੇਖਿਆ ਜਾਂ ਜਿਵੇਂ ਤੁਹਾਨੂੰ ਦੱਸਿਆ ਹੋਰ ਥਾਵਾਂ ਦੇਖੀਆਂ ਸੀ ਨਾ, ਉੱਥੇ ਸਾਰੇ ਜਿੰਨੇ ਘਰ ਬਾਰ ਹੈ ਮਤਲਬ ਹਜੇ ਨਵੇਂ ਬਣੇ ਹੋਏ ਆ, ਜਿਵੇਂ ਨਵਾਂ ਨਵਾਂ ਸਾਰਾ ਡਿਵੈਲਪ ਹੋਇਆ ਹੁੰਦਾ ਹੈਗਾ। ਅਤੇ ਇਹਦੇ 'ਚ ਜੀ ਪਾਰਕ ਆ ਗਿਆ, ਹੁਣ ਛੋਟਾ ਜਿਹਾ ਕਿਤੇ ਪਾਰਕ ਹੈ ਕਿਤੇ ਕੀ ਹੈ, ਥੋੜ੍ਹੀਆਂ ਥੋੜ੍ਹੀਆਂ ਕਰਕੇ ਐਕਟੀਵਿਟੀਜ਼ ਨੂੰ ਚੀਜ਼ਾਂ ਬਣਾਈਆਂ ਹੋਈਆਂ। ਪਰ ਦੇਖਣ ਨੂੰ ਵਧੀਆ ਨਾ, ਕੋਈ ਬਾਹਲਾ ਵੱਡਾ ਜਿਹਾ ਨਹੀਂ ਹੈਗਾ। ਰੌਣਕ ਮੇਲਾ ਵੀ ਵਧੀਆ, ਇੰਨੀ ਭੀੜ ਭੜੱਕਾ ਵੀ ਨਹੀਂ ਹੈਗਾ ਕੋਈ ਬਾਹਲਾ। ਬੀ ਸੀ ਵਾਲੇ ਹੱਸਦੇ ਹੁੰਦੇ ਆ, ਕਹਿੰਦੇ ਅਲਵਰਟਾ ਕੋਲ ਤਾਂ ਕੁੱਲ ਮਿਲਾ ਕੇ ਦੇ ਲੈ ਕੇ ਇੱਕੋ ਹੀ ਚੀਜ਼ ਆ ਘੁੰਮਣ ਫਿਰਨ ਨੂੰ, ਉਹ ਬਸ ਬੈਂਫ ਹੈਗਾ। ਅਤੇ ਕੈਲਗਰੀ 'ਚੋਂ ਇੰਨਾ ਕੁਛ ਹੈ ਨਹੀਂ, ਅਸੀਂ ਦੇਖ ਲਿਆ ਡਾਊਨ ਟਾਊਨ ਹੀ ਸੀਗਾ। ਐਡਮਿੰਟਨ ਵੀ ਜਿਵੇਂ ਕੈਪੀਟਲ ਸਿਟੀ, ਉੱਥੇ ਵੀ ਕਹਿੰਦੇ ਇੰਨਾ ਹੈ ਨਹੀਂ, ਅਤੇ ਇੱਕ ਅੱਧਾ ਦਿਨ ਹੀ ਟੂਰਿਸਟ ਉੱਥੇ ਜਾਂਦੇ ਆ। ਅਤੇ ਇਹ ਜਗ੍ਹਾ 'ਤੇ ਤਾਂ ਮਤਲਬ ਐਕਸਪਲੋਰ ਕਰਨ ਨੂੰ ਵੈਸੇ ਵਧੀਆ ਚੀਜ਼ਾਂ ਜਦ ਇੰਨਾ ਉਹਨੂੰ ਬ੍ਰਿਟਿਸ਼ ਤਾਂ ਬਹੁਤ ਸੋਹਣਾ। ਹਾਂਜੀ ਮੈਮ ਸੋਹਣਾ, ਬ੍ਰਿਟਿਸ਼ ਕੋਲੰਬੀਆ ਦੀ ਇਹ ਇਸ ਗੱਲੋਂ ਖੂਬਸੂਰਤ ਹੈ ਵੀ ਵੈਨਕੂਵਰ ਦੇ ਨੇੜੇ ਤੇੜੇ ਬਹੁਤ ਸਾਰੀਆਂ ਚੀਜ਼ਾਂ, ਜਿਵੇਂ ਅਸੀਂ 20-22 ਦਿਨ ਹੈ ਨਾ ਉੱਥੇ ਬੀ ਸੀ ਦੇ ਵਿੱਚ ਲਾ ਕੇ ਆਏ ਹਾਂ, ਸਾਡੇ ਤੋਂ ਕਵਰ ਨਹੀਂ ਹੋਇਆ, ਹਜੇ ਵੀ ਪੂਰਾ ਕਵਰ ਨਹੀਂ ਹੋਇਆ 20-22 ਦਿਨਾਂ 'ਚ। ਮੈਨੂੰ ਲੱਗਦਾ ਵੀ ਪੂਰਾ ਕੈਨੇਡਾ ਹੀ ਜੇ ਘੁੰਮਣਾ ਹੋਵੇ ਤਾਂ ਸਭ ਤੋਂ ਵੱਧ ਟਾਈਮ ਤੁਹਾਨੂੰ ਬੀ ਸੀ ਨੂੰ ਹੀ ਦੇਣਾ ਚਾਹੀਦਾ। ਬੀ ਸੀ 'ਚ ਬਹੁਤ ਚੀਜ਼ਾਂ ਘੁੰਮ ਦੇਖਣ ਵਾਲੀਆਂ। ਤਕਰੀਬਨ 1.5 ਘੰਟਾ ਹੋ ਗਿਆ ਸਾਨੂੰ ਇਹ ਸ਼ਹਿਰ 'ਚ ਗੇੜੇ ਦਿੰਦੇ ਨੂੰ। ਅਤੇ ਬੈਂਫ ਐਵੀਨਿਊ ਸਟਰੀਟ ਸੀਗੀ, ਸਭ ਤੋਂ ਮੇਨ ਸਟਰੀਟ ਹੈ ਜਿਵੇਂ ਤੁਹਾਨੂੰ ਦੱਸਿਆ, ਇਸੇ ਨੂੰ ਇਹਨੂੰ ਡਾਊਨ ਟਾਊਨ ਬੋਲ ਦਿੰਦੇ। ਲਗਭਗ ਸਾਰਾ ਇੱਕੋ ਜਿਹਾ ਦੇਖਣ ਨੂੰ, ਅਤੇ ਉਹੀ ਪੁਰਾਣੇ ਮਤਲਬ ਘਰ, ਪੁਰਾਣੇ ਰੈਸਟੋਰੈਂਟ, ਪੁਰਾਣੀਆਂ ਦੁਕਾਨਾਂ ਹਨ। ਉਹ ਸਾਹਮਣੇ ਵਾਲੇ ਪਾਸੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ, ਸਾਰੇ ਪੁਰਾਣੇ। ਹਾਂਜੀ, ਅਤੇ ਹੁਣ ਅਸੀਂ ਸੋਹਣਾ ਜਿਹਾ ਸ਼ਹਿਰ ਘੁੰਮ ਕੇ ਚੱਲਿਆ ਗੰਡੋਲਾ ਰਾਈਡ ਕਰਨ, ਕਿਉਂਕਿ ਅੱਜ ਸਾਡੇ ਸੋਹਣੇ ਜਿਹੇ ਮੁੰਡੇ ਦਾ ਜਨਮ ਦਿਨ ਹੈ, ਅਤੇ ਜਮਾਂ ਆਪਾਂ ਹਾਈਐਸਟ ਐਟੀਟਿਊਡ 'ਤੇ ਜਾ ਕੇ ਕੇਕ ਕੱਟਣਾ ਹੁਣ ਜੀ, ਅਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਲੇਕ ਲੋਇਸ 'ਤੇ, ਕਿਉਂਕਿ ਰਿਪਨ ਜਿੱਦਣ ਦੇ ਆਏ ਨੇ ਕਹਿੰਦੇ ਨੇ ਕੈਨੇਡਾ ਦੀਆਂ ਝੀਲਾਂ ਦੇਖਣੀਆਂ, ਕੈਨੇਡਾ ਦੀਆਂ ਝੀਲਾਂ ਦੇਖਣੀਆਂ।
ਅੱਜ ਅਸੀਂ ਮਤਲਬ ਸਾਰੇ ਸੁਪਨੇ ਪੂਰੇ ਕਰ ਦੇਣੇ ਹਨਾ। ਸਪੈਸ਼ਲ ਜਨਮਦਿਨ ਕਰਕੇ ਜਗ੍ਹਾ ਰੱਖੀ ਸੀਗੀ ਵੀ ਜਨਮਦਿਨ ਤੇ ਬੈਂਫ ਜਾਣਾਗਾ ਹਨਾ। ਹੁਣ ਜਿੰਨੇ ਮਰਜ਼ੀ ਗੋਤੇ ਲਾ ਲਏ ਉੱਥੇ ਜਾ ਕੇ। ਤੇ ਆਹ ਦੇਖੋ ਤੇ ਜਿਵੇਂ ਸੋਹਣੀ ਪਲੇਸ ਅਸੀਂ ਰੱਖੀ ਸੀ ਵੀ ਸੋਹਣੀ ਸੋਹਣੀ ਥਾਂ ਤੇ ਜਾਣਾ, ਬਾਕੀ ਸ਼ਹਿਰ ਸੋਹਣਾ ਲੱਗਿਆ। ਤੇ ਜੇ ਅਸੀਂ ਹੋਰ ਵੀ ਘੁੰਮਾਂਗੇ ਆਲਮੋਸਟ ਮੇਰੇ ਖਿਆਲ 'ਚ ਵੀ ਇੱਕੋ ਜਿਹੀ ਹੋਊਗਾ ਸਾਰੇ ਦਾ ਸਾਰਾ। ਤੇ ਸੋ ਨਿਕਲਦੇ ਹਾਂ ਹੁਣ ਜੀ, ਕਾਰ ਪਾਰਕਿੰਗ ਵੱਲ ਚੱਲਦੇ ਹਾਂ, ਕਾਰ ਚੱਕੀ ਆਪਣੀ ਅਤੇ ਤੁਹਾਨੂੰ ਗੰਡੋਲਾ ਦੀ ਰਾਈਡ ਆ ਜਿਹੜੀ ਉਹ ਕਰਾਉਂਦੇ ਹਾਂ। ਓਏ ਅਸੀਂ ਪਹੁੰਚ ਗਏ ਜੀ ਗੰਡੋਲਾ ਦੇ ਕੋਲ, ਅਤੇ ਜਿੱਥੋਂ ਸਾਨੂੰ ਉੱਪਰ ਲੈ ਕੇ ਜਾਣਾ ਗੰਡੋਲਾ ਨੇ, ਅਤੇ ਇੱਥੇ ਪੂਰਾ ਉੱਪਰਲੇ ਪਾਸੇ ਪਹਾੜੀਆਂ ਦਾ ਵਿਊ ਪੁਆਇੰਟ ਆਊਗਾ ਸਾਰਾ, ਜਿੰਨੇ ਮਾਊਂਟੇਨ ਆਲੇ ਦੁਆਲੇ। ਸੋ ਕੀ ਕੁਛ ਦਿਖੂਗਾ ਉਹ ਤਾਂ ਤੁਹਾਨੂੰ ਉੱਪਰ ਜਾ ਕੇ ਦੇਖਣ ਨੂੰ ਪਤਾ ਲੱਗੂ। ਅਤੇ ਇੱਥੇ ਥੋੜ੍ਹੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਹੋਈ ਹੈ ਅਤੇ ਜਿੰਨੀਆਂ ਮਾਊਂਟੇਨਸ ਰੇਂਜ ਆਪਾਂ ਨੂੰ ਇਹ ਮਾਊਂਟੇਨ ਰੇਂਜ ਸਾਰੀ ਆਪਾਂ ਨੂੰ ਉੱਪਰਲੇ ਪਾਸਿਓਂ ਦਿਖਣੀ ਹੈਗੀ। ਨਾ ਜਿਹੜੀ ਚੀਜ਼ ਇੱਕ ਅੱਜ ਅਸੀਂ ਬੱਚਿਆਂ ਨੂੰ ਸਾਂਭੀ ਹੋਈ ਹੈ ਉਹ ਆ ਬਾਈ ਜੀ ਕੋਲੇ ਹੈ ਸਾਰੇ ਬਲੌਗ ਜਦੋਂ ਦਾ। ਆਹ ਦੇਖੋ ਤੁਰਦੇ ਫਿਰਦੇ ਸਾਂਭੇ ਹੋਏ ਕੇਕ ਉੱਪਰ ਜਾ ਕੇ ਕੱਟਣਾ, ਕਿਉਂ ਜੀ? ਹਾਂਜੀ ਹਾਂਜੀ, ਬਾਕੀ ਇਹਦਾ ਤੁਰਨ ਲੱਗ ਗਿਆ ਥੋੜ੍ਹਾ ਜਿਹਾ, ਮੈਲਟ ਵੀ ਹੋਣ ਲੱਗ ਗਿਆ, ਤੁਰਨ ਲੱਗ ਗਿਆ। ਹਾਂਜੀ ਹੁਣ ਆਪਾਂ ਵੀ ਛੇ ਛੇ ਤੁਰ ਗਏ ਨਹੀਂ। ਹਾਂਜੀ ਅਤੇ ਇਹਨੂੰ ਬਚਾ ਬਚਾ ਕੇ ਅਸੀਂ ਤੁਰ ਰਹੇ ਹਾਂ ਵੀ ਇਹ ਸਰਵਾਈਵ ਕਰ ਜਾਏ ਉੱਥੇ ਤੱਕ। ਸਭ ਤੋਂ ਪਹਿਲਾਂ ਜੀ ਅਸੀਂ ਪਹੁੰਚ ਗਏ ਹਾਂ ਟਿਕਟ ਕਾਊਂਟਰ 'ਤੇ ਅਤੇ ਇਹਦੀਆਂ ਟਿਕਟ ਦੇਖਦੇ ਹਾਂ। ਅਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਕਿ ਸਵਿਟਜ਼ਰਲੈਂਡ ਨਾਲ ਸੇਮ ਹੈ, ਉਵੇਂ ਸਾਰਾ ਕੁਛ ਹੈ ਅਤੇ ਉਵੇਂ ਇੱਥੇ ਵੀ ਦੇਖ ਲਓ ਗੰਡੋਲਾ ਚੱਲਦੇ ਆ ਸਾਰਾ ਕੁਛ ਹੈ ਅਤੇ ਇੱਥੇ ਵੀ ਪਹਾੜਾਂ ਦੇ ਉੱਪਰ ਜਾਇਆ ਜਾਂਦਾ ਹੈਗਾ। ਟਿਕਟ ਕਿੰਨੀ ਆ ਉਹ ਤੁਹਾਨੂੰ ਬਾਏ ਕਰਕੇ ਫਿਰ ਦੱਸਦੇ ਹਾਂ ਸਾਰੀ। ਜੇ ਆਪਾਂ ਇੰਡੀਅਨ ਕਰੰਸੀ ਦੇ ਹਿਸਾਬ ਨਾਲ ਗੱਲ ਕਰੀਏ ਸਾਨੂੰ ਪਈ ਹੈ 6,000 ਦੀ ਟਿਕਟ, ਅਤੇ ਜਿਵੇਂ ਅਸੀਂ ਸਵਿਟਜ਼ਰਲੈਂਡ ਨਾਲ ਕੰਪੈਰੀਜ਼ਨ ਕਰ ਰਹੇ ਸੀ ਉੱਥੇ ਤਾਂ ਡਬਲ ਪ੍ਰਾਈਸ ਹੋ ਜਾਣੇ ਸੀ, ਮਤਲਬ 15,000-20,000 ਉੱਥੇ ਇੱਕ ਬੰਦੇ ਦੀ ਟਿਕਟ ਹੈ। ਸੋ ਕਨੇਡਾ ਸਵਿਟਜ਼ਰਲੈਂਡ ਦੇ ਮੁਕਾਬਲੇ ਬਹੁਤ ਜ਼ਿਆਦਾ ਸਸਤਾ ਹੈ। ਸੋ ਹੁਣ ਅੱਜ ਆਪਾਂ ਚੱਲੀਏ ਘੁੰਮ ਲਈਏ ਹਨਾ। ਲਓ ਜੀ ਅਤੇ ਸੋਹਣਾ ਉਹ ਨਹੀਂ ਹੈ। ਹਾਂ ਸੋਹਣਾ ਤੁਹਾਨੂੰ ਦਿਖਾਉਂਦੇ ਹਾਂ ਉੱਪਰ ਕਿਵੇਂ ਜਾਇਆ ਜਾਂਦਾ ਹੈਗਾ। ਉੱਥੇ ਵੀ ਆਪਾਂ ਗੰਡੋਲਾ ਰਾਈਡ ਕੀਤੀ ਸੀ ਨਾ। ਹਾਂਜੀ ਉੱਪਰ ਮਾਊਂਟ ਐਟਲਸ ਤੇ ਗਏ ਸੀਗੇ। ਹਾਂਜੀ ਇਧਰ ਇਧਰਲੇ ਪਾਸੇ ਉੱਪਰ ਨੂੰ ਜਾਣਾ। ਯਾ 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 ਇੱਕ ਗੰਡੋਲਾ 'ਚ ਜੀ 4 ਜਾਣੀ ਬਹਿੰਦੇ ਆ ਤੇ ਕਹਿੰਦੇ 8 ਮਿੰਟ ਦੀ ਇਹ ਰਾਈਡ ਹੋਊਗੀ ਸਾਰੀ, 8 ਮਿੰਟਾਂ 'ਚ ਸਾਨੂੰ ਬਿਲਕੁਲ ਟੌਪ ਤੇ ਇਹਨੇ ਲੈ ਜਾਣਾ। ਜਿਹੜੀ ਹਾਈਟ ਤੇ ਨਾ ਇਹ ਗੰਡੋਲਾ ਨੇ ਲੈ ਕੇ ਜਾਣਾ ਉਹ 700 ਮੀਟਰ ਉੱਪਰ ਲੈ ਕੇ ਜਾਣਾ ਹੈਗਾ। ਵੈਸੇ ਪੂਰੇ ਕੈਨੇਡਾ ਦਾ ਜਿਹੜਾ ਸਭ ਤੋਂ ਉੱਚਾ, ਪੂਰੇ ਕੈਨੇਡਾ ਦਾ ਨਹੀਂ ਪੂਰੇ ਵਰਲਡ ਦਾ ਸਭ ਤੋਂ ਉੱਚਾ ਜਿਹੜਾ ਗੰਡੋਲਾ ਚੱਲਦਾ ਉਹ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੱਲਦਾ ਵਿਸਲਰ, ਅਤੇ ਅਸੀਂ ਉੱਥੇ ਗਏ ਨਹੀਂ ਹੈਗੇ। ਉੱਥੇ ਜਿਹੜੀਆਂ ਵਿੰਟਰ ਦੀਆਂ ਓਲੰਪਿਕਸ ਹੁੰਦੀਆਂ ਮਤਲਬ ਉਹ ਵੀ ਉੱਥੇ ਹੁੰਦੀਆਂ, ਅਤੇ ਨੈਕਸਟ ਟਾਈਮ ਸਹੀ ਕਿਉਂਕਿ ਸੇਮ ਐਕਸਪੀਰੀਅੰਸ ਫਿਰ ਵਾਰ ਵਾਰ ਇੱਕੋ ਹੀ ਟੂਰ 'ਚ ਵਧੀਆ ਨਹੀਂ ਲੱਗਦਾ ਹੈ ਨਾ। ਬੈਂਫ ਤਾਂ ਅਸੀਂ ਆਉਣਾ ਹੀ ਆਉਣਾ ਸੀਗਾ, ਅੱਜ ਦਾ ਦਿਨ ਰਿਜ਼ਰਵ ਰੱਖਿਆ ਹੋਇਆ ਸੀ ਵੀ ਬਰਥਡੇ 'ਤੇ ਬੈਂਫ ਜਾਣਾ, ਤਾਂ ਕਰਕੇ ਆਹ ਗੰਡੋਲਾ 'ਚ ਵੀ ਚੜ੍ਹਨਾ ਸੀਗਾ। ਨੈਕਸਟ ਟਾਈਮ ਜਦੋਂ ਵੈਨਕੂਵਰ ਜਾਂ BC ਘੁੰਮਾਂਗੇ ਹੈ ਨਾ, ਉਦੋਂ ਜਿਹੜੀ ਵਰਲਡ ਦੀ ਸਭ ਤੋਂ ਹਾਈਐਸਟ ਗੰਡੋਲਾ ਰਾਈਡ ਆ ਉਹ ਵੀ ਕਰਾਂਗੇ ਅਤੇ ਨਾਲ ਤੁਹਾਨੂੰ ਦਿਖਾਵਾਂਗੇ। ਏਅਰ ਕਿੰਨਾ ਸੋਹਣਾ, ਅਤੇ ਬਾਈ ਜੀ ਹੁਣ ਇਹਨੇ ਮੈਨੂੰ ਕੇਕ ਵੀ ਨਹੀਂ ਦਿਖਾਇਆ, ਜਦੋਂ ਮੈਨੂੰ ਦਰਸ਼ਨ ਹੀ ਨਹੀਂ ਕਰਾਏ, ਕਹਿੰਦੇ ਕੇਕ ਦਿਖਾਉਣਾ ਨਹੀਂ ਹੈਗਾ, ਉੱਥੇ ਜਾ ਕੇ ਕੇਕ ਕੱਟਣਾ ਕਹਿੰਦੇ, ਕਿਉਂ ਜੀ? ਹਾਂਜੀ ਹਾਂਜੀ ਉੱਪਰ ਜਾ ਕੇ ਫਿਰ ਖੋਲਾਂਗੇ ਸਰਪ੍ਰਾਈਜ਼। ਚਲੋ ਹਾਂਜੀ ਤੇ ਹਾਂਜੀ ਕੀ ਕਹਿਣਾ? ਮੈਂ ਕਿਹਾ ਗਿਫਟ ਦੋ ਹੁਣ ਤੁਹਾਡਾ ਬਰਥਡੇ ਅੱਜ। ਮੈਂ ਤੁਹਾਨੂੰ ਕਹਿੰਦਾ ਗਿਫਟ ਦੇਣਾ? ਤੁਹਾਨੂੰ ਇੰਨੀ ਦੂਰ ਲੈ ਕੇ ਆਏ ਅਸੀਂ, ਲੋਕਾਂ ਦਾ ਸੁਪਨਾ ਵੀ ਕੈਨੇਡਾ 'ਚ ਬਰਥਡੇ ਮਨਾਈਏ ਅਸੀਂ। ਅੱਛਾ ਚਲੋ ਥੈਂਕ ਯੂ, ਮੈਂ ਥੈਂਕ ਯੂ ਕਰ ਸਕਦਾ ਤੇ ਤੁਹਾਨੂੰ ਪਿਆਰ ਨਹੀਂ ਥੈਂਕ ਯੂ ਨਾਲ ਨਹੀਂ ਸਰਦਾ ਹੈਗਾ, ਗਿਫਟ ਲਵਾਂਗੇ। ਗਿਫਟ ਉੱਪਰ ਜਾ ਕੇ ਦੇਵਾਂਗੇ ਫਿਰ। ਧੱਕਾ ਨਾ ਦੇ ਦਿਓ ਪਹਾੜੀ ਨੂੰ। ਕੀ ਖੂਬਸੂਰਤੀ ਹੈ ਯਾਰ, ਬਹੁਤ ਜ਼ਿਆਦਾ ਸੋਹਣਾ ਹੈਗਾ ਬੈਂਫ। ਲਓ ਜੀ ਬਿਲਕੁਲ ਟੌਪ 'ਤੇ ਆ ਗਏ ਹਾਂ, ਦਿਖਾਉਂਦੇ ਹਾਂ ਤੁਹਾਨੂੰ ਕਿਵੇਂ ਦਾ ਵਿਊ ਹੈ ਇੱਥੋਂ।
ਕੈਨੇਡਾ ਦਾ ਝੰਡਾ ਝੂਰ ਰਿਹਾ ਉੱਪਰਲੇ ਪਾਸੇ। ਵਾਹ, ਹਵਾ ਵੀ ਠੰਡੀ ਹੈ, ਠੰਡੀ ਹਵਾ ਚੱਲ ਰਹੀ ਹੈ ਅਤੇ ਘੁੰਮਣ ਫਿਰਨ ਨੂੰ ਕਾਫੀ ਸਾਰਾ ਉੱਪਰਲੇ ਪਾਸੇ ਬਣਾਇਆ ਹੋਇਆ। ਉਹ ਕਮਾਲ ਹੈ ਵਿਊ ਦੇਖੋ, ਇੱਧਰਲੇ ਪਾਸੇ ਸਾਰਾ ਜਿਹੜਾ ਬੈਂਫ ਉਹ ਦਿਖਦਾ ਅਤੇ ਆਲੇ ਦੁਆਲੇ ਜਿੰਨੀਆਂ ਪਹਾੜੀਆਂ ਨਾਲ ਉਹ ਵੀ ਦਿਖਦੀਆਂ। ਕੈਨੇਡਾ ਦੀ ਯਾਰ ਇੱਕ ਗੱਲ ਇਹ ਬਹੁਤ ਵਧੀਆ ਲੱਗੀ ਵੀ ਸਾਰਾ ਆਲਾ ਦੁਆਲਾ ਨਾ ਬਣਾਇਆ ਬਹੁਤ ਸੋਹਣਾ ਹੋਇਆ ਇਹਨਾਂ ਨੇ, ਜਿੱਥੇ ਜਿੱਥੇ ਟੂਰਿਸਟ ਪਲੇਸਿਸ ਨੇਗੀਆਂ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਸਾਰੀਆਂ। ਲਓ ਜੀ ਹੁਣ ਲੱਭੋ ਕੋਈ ਜਗ੍ਹਾ, ਮੇਲਾ ਤਾਂ ਉਹ ਜਗ੍ਹਾ ਖਾਲੀ ਹੋ ਰਹੀ ਹੈ। ਬਰਥਡੇ ਬੁਆਏ ਨੂੰ ਵੀ ਦੇਖਣਾ ਪੈਣਾ ਨਾ ਵੀ ਕਿੱਥੇ ਖੜਨਾ ਗਾ, ਉਹਦਾ ਜੇ ਮੇਰੀ ਚੋਇਸ ਹੋਣੀ ਹੈ ਨਾ ਤੇ ਆਹ ਜਗ੍ਹਾ ਸਭ ਤੋਂ ਸੋਹਣੀ ਹੈ, ਸਭ ਤੋਂ ਪਿਆਰੀ। ਇੱਥੇ ਧਰੋ ਜੀ, ਇੱਥੇ ਫਿਰ ਪਰ ਮੈਨੂੰ ਐਂ ਲੱਗਦਾ ਦੁਰਾ ਬੀਨ ਜੀ ਲੱਗੀ ਹੋਈ, ਬਾਹਲੇ ਲੋਕ ਆਈ ਜਾਣਗੇ ਤੇ ਦੇਖ ਲੈਣੇ। ਫਿਰ ਮੈਂ ਥੋੜ੍ਹਾ ਜਿਹਾ ਦਿਖਾ ਦੇਣਾ ਵਿਊ, ਆਹ ਮੈਨੂੰ ਤਾਂ ਆਹ ਪਸੰਦ ਆ ਜੀ। ਆਹ ਵੀ ਉੱਪਰਲੇ ਪਾਸੇ ਨਾ ਰੈਸਟੋਰੈਂਟ ਬਣਿਆ ਹੋਇਆ ਸਾਰਾ, ਦੇਖੋ ਆਹ ਬਣਿਆ ਹੋਇਆ ਪੂਰਾ ਰੈਸਟੋਰੈਂਟ, ਇਨਡੋਰ ਵੀ ਆਊਟਡੋਰ ਵੀ, ਪਰ ਮੈਨੂੰ ਆਊਟਡੋਰ ਜ਼ਿਆਦਾ ਵਧੀਆ ਲੱਗਦਾ, ਆਊਟਡੋਰ ਖੜ ਕੇ ਕੇਕ ਟੰਗ। ਬਾਕੀ ਹਾਈ ਕੋਰਟ ਨੂੰ ਪੁੱਛ ਲੈਂਦੇ ਜੀ, ਹਾਂਜੀ ਕਿਵੇਂ ਕਰੋਗੇ ਦੱਸੋ। ਵਿਊ ਤਾਂ ਬਹੁਤ ਸੋਹਣਾ ਪਰ ਇੱਥੇ ਲੋਕੀ ਕਾਫੀ ਨੇ ਨਾ, ਫਿਰ ਹੁਣ ਕੀ ਕੀਤਾ ਜਾਵੇ, ਕੋਈ ਹੋਰ ਜਗ੍ਹਾ ਦੇਖ ਲੈਣੀ। ਅੱਗੇ ਜਾਣਾ, ਕੇਕ ਨਾ ਪਿਘਲ ਜੇ ਆਪਣਾ ਜਮੀ ਕਿਤੇ। ਸੋ ਫਾਈਨਲੀ ਹੁਣ ਜੀ ਅਸੀਂ ਆਏ ਹਾਂ ਇੱਕ ਰੈਸਟੋਰੈਂਟ ਦੇ ਅੰਦਰ ਅਤੇ ਜਿਹੜਾ ਇਹ ਬਣਿਆ ਹੋਇਆ ਤੁਹਾਨੂੰ ਦੱਸਿਆ ਸੀਗਾ ਅਤੇ ਇਹਦੇ ਅੰਦਰ ਟੇਬਲ ਮਿਲਿਆ। ਭੀੜ ਇੱਥੇ ਰਿਜ਼ਰਵੇਸ਼ਨ ਕਾਫੀ ਰਹਿੰਦੀ ਹੈ ਕਿਉਂਕਿ ਲੋਕ ਆਉਂਦੇ ਜਾਂਦੇ ਆ ਅਤੇ ਇੱਥੇ ਬਹਿੰਦੇ ਹਾਂ, ਹੁਣ ਇਹ ਟੇਬਲ ਰਿਜ਼ਰਵ ਕਰਾਇਆ ਗਾ ਅਤੇ ਇੱਥੇ ਬਹਿ ਕੇ ਕੱਟਦੇ ਹਾਂ ਜੀ ਕੇਕ। ਫਾਈਨਲੀ ਕੇਕ ਦੇ ਦਰਸ਼ਨ ਹੋਏ ਜੀ, ਹੈਪੀ ਬਰਥਡੇ ਰਿਪਨ, ਕੈਨੇਡਾ ਦੇ ਝੰਡੇ ਲੱਗੇ ਉੱਤੇ ਕਿਉਂਕਿ ਅਸੀਂ ਕੈਨੇਡਾ 'ਚ ਜਨਮ ਦਿਨ ਮਨਾ ਰਹੇ ਹਾਂ ਪਹਿਲੀ ਵਾਰ। ਥੋੜ੍ਹੀਆਂ ਜਿਹੀਆਂ ਸੱਟਾਂ ਫੇਟਾਂ ਵੀ ਖਾਈ ਫਿਰਦਾ ਕੇਕ ਸਵੇਰ ਦਾ ਚੱਕਿਆ ਹੋਇਆ ਨਾਲ, ਅਤੇ ਇਹ ਖੁਸ਼ੀ ਦੀ ਚੋਇਸ ਸੀਗੀ। ਥੈਂਕ ਯੂ ਜੀ, ਅਤੇ ਵੈਲਕਮ। ਹਾਂਜੀ, ਇੰਨੀ ਸੋਹਣੀ ਜਗ੍ਹਾ ਵੀ ਮਿਲ ਗਈ ਬੈਠਣ ਨੂੰ। ਆਹ ਦੇਖੋ ਕੈਨੇਡਾ ਦਾ ਝੰਡਾ ਅਤੇ ਥੱਲੇ ਪੂਰਾ ਬੈਂਫ ਦਾ ਵਿਊ, ਅਤੇ ਯਾਦਗਾਰੀ ਰਹੂਗਾ ਇਹ ਵੀ ਜਨਮ ਦਿਨ। ਸੋਹਣੀ ਲੋਕੇਸ਼ਨ ਦਵਾਈ ਹੈ ਨਾ। ਹਾਂਜੀ ਸੋਹਣੀ ਲੋਕੇਸ਼ਨ ਹੈ। ਪਿਛਲਾ ਜਨਮ ਦਿਨ ਕਿੱਥੇ ਸੀਗਾ? ਉਦੋਂ ਸੀਗੇ ਆਪਾਂ ਅਫਰੀਕਾ 'ਚ ਰਾਜੇ ਵੀਰੇ ਹੋਰਾਂ ਨਾਲ, ਰਾਜੇ ਭਾਈ ਹੋਣੇ ਦੇ ਕੋਲ ਕੈਂਪਿੰਗ ਕੀਤੀ ਸੀ ਉਦੋਂ। ਹਾਂਜੀ ਪਤਾ ਨਹੀਂ ਮੇਰਾ ਲਓ ਜੀ ਬਰਥਡੇ ਸੈਲੀਬ੍ਰੇਟ ਹੋ ਗਿਆ ਅਤੇ ਖਾ ਪੀ ਲਿਆ। ਹੁਣ ਤੁਹਾਨੂੰ ਬਾਹਰ ਦਾ ਥੋੜ੍ਹਾ ਜਿਹੜਾ ਹੋਰ ਹੈ ਵਿਊ ਦਿਖਾ ਦਈਏ, ਅਤੇ ਨਾਲੇ ਖੁਦ ਇਹਦਾ ਉੱਪਰ ਜਾਈਏ, ਉੱਪਰ ਜਾ ਕੇ ਦੇਖ ਆਈਏ। ਵੈਸੇ ਤਾਂ ਤੁਹਾਨੂੰ ਦਿਖਾਇਆ ਸੀ ਨਾ ਉਹ ਉੱਪਰ ਲਾਸਟ ਵਿਊ ਪੁਆਇੰਟ ਤੱਕ ਜਾ ਸਕਦੇ ਸੀਗੇ, ਪਰ ਸਾਨੂੰ ਇਹ ਟਾਈਮ ਬਹੁਤ ਲੱਗੂਗਾ ਉੱਥੇ ਜਾਣ ਦਾ, ਅਤੇ ਉੱਥੇ ਅਗਲੀ ਉਹ ਪੁਆਇੰਟ ਤੱਕ ਮਤਲਬ ਜਿਹੜਾ ਸਾਹਮਣੇ ਦਿਖਦਾ ਉੱਥੇ ਤੱਕ ਵੀ ਜਾ ਸਕਦੇ ਹਾਂ। ਟੋਪ 'ਤੇ ਵੀ ਇਹਦੇ ਇੱਕ ਬਣਿਆ ਹੋਇਆ ਰੈਸਟੋਰੈਂਟ ਦੀ ਛੱਤ 'ਤੇ, ਉੱਥੇ ਵੀ ਜਾ ਸਕਦੇ ਹਾਂ। ਉੱਥੇ ਚੱਲੇ ਹਾਂ ਜੀ, ਹੁਣ ਅਸੀਂ ਪਹੁੰਚ ਗਏ ਬਿਲਕੁਲ ਛੱਤ ਦੇ ਉੱਪਰ, ਅਤੇ ਇਹ ਇਸ ਥਾਂ ਦਾ ਮੈਨੂੰ ਲੱਗਦਾ ਸਭ ਤੋਂ ਉੱਪਰਲਾ ਵਿਊ ਪੁਆਇੰਟ ਆ। ਇਹਦੀ ਹਾਈਟ ਵੈਸੇ ਕੋਈ ਜ਼ਿਆਦਾ ਵੀ ਨਹੀਂ ਹੈਗੀ, ਮੇਰੇ ਖਿਆਲ 'ਚ ਕੋਈ 2200-2300 ਮੀਟਰ ਮਨਾਲੀ ਦੇ ਬਰਾਬਰ ਹੀ ਮੰਨ ਸਕਦੇ ਹੋ ਤੁਸੀਂ ਆਪਣੇ, ਇੰਨੀ ਕੀ ਹਾਈਟ ਹੈ ਇਹਦੀ। ਅਤੇ ਇੱਥੋਂ ਵਿਊ ਹੋਰ ਵੀ ਸੋਹਣਾ ਦਿਖਦਾ ਹੈਗਾ ਚਾਰੇ ਪਾਸੇ ਦੇਖੋ। ਕੈਨੇਡਾ ਦਾ ਸਭ ਤੋਂ ਉੱਚਾ ਹੈ ਨਾ? ਹਾਂਜੀ, ਇੱਥੋਂ ਬੈਂਫ ਕੈਨੇਡਾ ਦਾ ਸਭ ਤੋਂ ਉੱਚਾ ਤਾਂ ਨਹੀਂ ਹੋਣਾ, ਨੈਸ਼ਨਲ ਪਾਰਕ 'ਚੋਂ ਕਹਿ ਸਕਦੇ ਸਭ ਤੋਂ ਉੱਚਾ। ਜਿੰਨੀਆਂ ਵੀ ਤੁਹਾਨੂੰ ਇਹ ਸਾਰੀਆਂ ਪਹਾੜੀਆਂ ਦਿਖ ਰਹੀਆਂ ਇਹਨਾਂ ਨੂੰ ਰੌਕੀ ਮਾਊਂਟੇਨਸ ਰੇਂਜ ਬੋਲਦੇ ਆ, ਅਤੇ ਜਿਹੜੀ ਇਹਨਾਂ ਦੀ ਉਮਰ ਹੈ ਉਹ 60-70 ਮਿਲੀਅਨ ਸਾਲ ਪੁਰਾਣੀ ਦੱਸਦੇ ਆ, ਕਿ ਟਾਈਟੋਨਿਕ ਪਲੇਟਸ ਦੇ ਆਪਸ 'ਚ ਟਕਰਾਉਣ ਵਾਲੇ ਪਹਾੜ ਬਣੇ ਸੀਗੇ, ਅਤੇ ਜਿਹੜੀ ਇਹਨਾਂ ਦੀ ਲੰਬਾਈ ਹੈ ਉਹ 4800 ਕਿਲੋਮੀਟਰ ਦੇ,
ਤੇ ਸਿਮਿਲਰ ਟੂ ਹਿਮਾਲਿਆ ਪਰਬਤ, ਮਤਲਬ ਜਿੰਨੀ ਆਪਣੀ ਹਿਮਾਲਿਆ ਲੜੀ ਹੈ ਨਾ ਇੰਡੀਆ 'ਚ, ਅਤੇ ਜਿਹੜੀ ਨੌਰਥ ਇੰਡੀਆ 'ਚ ਹੋ ਕੇ ਜਾਂਦੀ ਹੈ ਉੱਨੀ ਤੁਸੀਂ ਦੇਖ ਸਕਦੇ ਹੋ। ਅਤੇ ਇਹ ਜਿਹੜੀ ਹੈ ਇਹਦੇ ਸ਼ੁਰੂ ਹੁੰਦੇ ਆ ਪਹਾੜ ਇਹ ਨੌਰਦਰਨ ਅਲਬਰਟਾ 'ਚ, ਅਤੇ ਨੌਰਦਰਨ ਅਲਬਰਟਾ ਦੇ ਬੀ ਸੀ ਦਾ ਜਿੱਥੇ ਉੱਪਰਲੇ ਪਾਸੇ ਬਾਰਡਰ ਹੈ, ਅਲਾਸਕਾ ਤੋਂ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਅਲਾਸਕਾ ਤੋਂ ਹੀ ਸ਼ੁਰੂ ਹੋ ਕੇ ਇਹ ਪੂਰੇ ਕੈਨੇਡਾ ਅਤੇ ਪੂਰੇ ਅਮਰੀਕਾ ਵਿੱਚੋਂ ਦੀ ਹੁੰਦੇ ਹੋਏ ਇਹ ਨਿਊ ਮੈਕਸੀਕੋ ਤੱਕ, ਜਿਹੜੀ ਅਮਰੀਕਾ ਦੀ ਸਟੇਟ ਹੈ, ਮਤਲਬ ਬਿਲਕੁਲ ਮੈਕਸੀਕੋ ਦੇ ਬਾਰਡਰ ਤੱਕ ਉੱਥੇ ਤੱਕ ਇਹ ਜਿਹੜੀ ਲੜੀ ਹੈ ਪੂਰੀ ਜਾਂਦੀ ਹੈ। ਇੰਨੇ ਲੰਬੇ ਪਹਾੜ ਹੈ ਇਹ। ਨੌਰਦਰਨ ਅਮੈਰੀਕਾ ਜਿਹੜਾ ਨਾ ਪੂਰਾ ਵਿੱਚ ਇਹਦੇ ਕੈਨੇਡਾ ਗਿਆ, ਵਿੱਚ ਹੀ ਅਮੈਰੀਕਾ, ਸਭ ਤੋਂ ਲੰਬੀ ਜਿਹੜੀ ਮਾਊਂਟੇਨ ਰੇਂਜ ਹੈਗੀ ਨੌਰਦਰਨ ਪੂਰੇ ਅਮੈਰੀਕਾ ਦੀ। ਜਿਹੜਾ ਨਾ ਹਿਮਾਲਿਆ ਉਹ ਤਾਂ ਆਪਣੇ ਬਿਲਕੁਲ ਗ੍ਰੀਨ ਆ ਹੇਠਲੇ ਪਾਸੇ ਦਾ, ਅਸੀਂ ਸਿਮਿਲਰ ਟੂ ਜਿਵੇਂ ਤੁਹਾਨੂੰ ਦੱਸਿਆ ਮਨਾਲੀ ਦੀ ਹਾਈਟ 'ਤੇ ਖੜੇ ਹਾਂ, ਪਰ ਇੱਥੇ ਡਰਾਈ ਲੈਂਡ ਬਹੁਤ ਹੈਗੀ, ਥੱਲੇ ਥੱਲੇ ਜੰਗਲ ਹੈ, ਉੱਪਰਲੇ ਪਾਸੇ ਬਿਲਕੁਲ ਡਰਾਈ ਹੈ। ਵੀਰੇ ਜਿਹੜੇ ਪਹਾੜ ਹੈ ਸਾਰੇ ਇਹ ਮਤਲਬ ਇਸੇ ਤਰੀਕੇ ਨਾਲ ਜਿਵੇਂ ਥੱਲੇ ਨੂੰ ਤੁਸੀਂ ਤਾਂ ਅਮੈਰੀਕਾ 'ਚ ਜਿਵੇਂ ਟਰੱਕ ਵਗੈਰਾ ਚਲਾਉਂਦੇ ਜਾਂਦੇ ਹੋ, ਸਾਰੀ ਰੇਂਜ ਡਰਾਈ ਹੈ ਜਾਂ ਕਿਸ ਤਰ੍ਹਾਂ? ਯਾਰ ਸਾਰੀ ਰੇਂਜ ਹੀ ਹੈ, ਜਿਹੜੀ ਰੋਕੀ ਮਾਊਂਟੇਨ ਤਾਂ ਹੀ ਕਹਿੰਦੇ ਆ ਕਿਉਂਕਿ ਰੋਕੀ ਵਿਊ ਹੀ ਹੈ ਸਾਰਾ ਇਹਦਾ। ਅੱਛਾ, ਉੱਪਰ ਸਾਰਾ, ਹਾਂਜੀ ਰੋਕੀ ਹੈ ਕਿਉਂਕਿ ਉਪਜਾਊ ਮਿੱਟੀ ਨਹੀਂ ਉੱਪਰ ਹੈਗੀ, ਇੱਕ ਆਕਸੀਜਨ ਦਾ ਲੈਵਲ ਉੱਚਾ ਹੋ ਜਾਂਦਾ ਨਾ। ਅੱਛਾ, ਹਾਂਜੀ, ਅਤੇ ਹਾਈਟ 'ਤੇ ਆ ਜਾਂਦਾ ਵਾ। ਅਤੇ ਦੂਜਾ ਇੱਕ ਇਹਦਾ ਹੋਰ ਫੈਕਟਰ ਵਧੀਆ ਹੈਗਾ ਕਿ ਇਹ ਜਿਹੜੀ ਇੱਕ ਤੁਹਾਨੂੰ ਦੱਸਿਆ ਹੀ ਆ ਤੁਹਾਨੂੰ ਬਾਈ ਨੇ ਵੀ ਲੰਬੀ ਰੇਂਜ ਬਹੁਤ ਆ, ਅਤੇ ਜਿਹੜਾ ਬੈਸਟ ਵੱਲੀਓਂ ਜਿਹੜੀਆਂ ਆਪਣੀਆਂ ਵਿੰਡਸ ਆਉਂਦੀਆਂ ਵਾ ਜਾਂ ਕਲਾਊਡਸ ਆਉਂਦੇ ਆ ਉਹਨਾਂ ਨੂੰ ਬਲੋਕ ਕਰਦੀ ਆ, ਇਸ ਕਰਕੇ ਜਿਹੜਾ ਸੈਂਟਰ ਪਾਰਟ ਆਫ ਕੈਨੇਡਾ ਵਾ ਅਤੇ ਅਮਰੀਕਾ ਵਾ ਇਹਦੇ, ਇਹਨਾਂ ਕਰਕੇ ਥੋੜ੍ਹਾ ਜਿਹਾ ਖੁਸ਼ਕ ਰਹਿੰਦਾ ਵਾ, ਪਹੁੰਚ ਨਹੀਂ ਸਕਦੇ ਪੂਰਾ। ਠੀਕ ਆ, ਜਿਵੇਂ ਹਾਂ ਅਮਰੀਕਾ ਦੇ ਵਿੱਚ ਵੀ ਡੈਜ਼ਰਟ ਟਾਈਪ ਹੈ ਨਾ ਸਾਰਾ। ਹਾਂਜੀ, ਉਹ ਬਲੋਕ ਕਰਦੀਆਂ ਇਹ ਰੇਂਜ ਉਹਨਾਂ ਵਿੰਡਰ ਨੂੰ ਬਲੋਕ ਕਰਦੀਆਂ। ਇਹਦਾ ਹਾਈਐਸਟ ਪੁਆਇੰਟ ਪਤਾ ਤੁਹਾਨੂੰ ਕਿਹੜਾ, ਮਤਲਬ ਜਿੰਨੀ ਪੂਰੀ ਮਾਊਂਟੇਨ ਰੇਂਜ? ਹਾਂਜੀ, ਇਹ ਆਪਣਾ ਕੋਲੋਰਾਡੋ ਸਟੇਟ ਦੇ ਵਿੱਚ ਹੈਗਾ ਵਾ, ਮਾਊਂਟ ਐਲਬਨ ਅਲਬਰਟ, ਮਾਊਂਟ ਐਲਬਰਟ। ਹਾਂਜੀ, ਆ ਅੱਛਾ, ਉਹ ਹੈਗਾ ਵਾ, ਉਹ 4400 ਮੀਟਰ ਦੇ ਕਰੀਬ ਹੈਗਾ ਵਾ। ਅੱਛਾ, 4400 ਮੀਟਰ, ਮਤਲਬ ਸਭ ਤੋਂ ਇਹਦਾ ਹਾਈਐਸਟ ਪੁਆਇੰਟ 4400 ਮੀਟਰ। ਹਾਂਜੀ, ਠੀਕ ਹੈ। ਹਿਮਾਲਿਆ ਤਾਂ ਤੁਹਾਨੂੰ ਪਤਾ ਵੈਸੇ ਸਭ ਤੋਂ ਵੱਡਾ, ਦੁਨੀਆ ਦੀ ਸਭ ਤੋਂ ਉੱਚਾ ਪਰਬਤ ਲੜੀ ਆ, ਉਹਦੇ ਵਿੱਚ ਹੀ ਮਾਊਂਟ ਐਵਰੈਸਟ ਆਉਂਦੀ ਹੈ, K2 ਆਉਂਦੀ ਹੈ ਨਾ, ਉਹਦੇ ਬਰਾਬਰ ਤਾਂ ਖੈਰ ਹੋ ਨਹੀਂ ਸਕਦਾ। ਇਹ ਪਹਾੜ ਦੇਖੋ ਸ਼ੇਪ ਇਹਨਾਂ ਦੀ, ਤਾਂ ਜਿਵੇਂ ਤੁਹਾਨੂੰ ਕਹਿੰਦੇ ਨੇ ਟਾਈਟੋਨਿਕ ਪਲੇਟਸ ਨੇ ਬਣਾਇਆ, ਸ਼ੇਪ ਦੇਖੋ ਕਿਵੇਂ ਤਿੱਖੇ ਤਿੱਖੇ ਪਹਾੜ ਹੈ ਇਹ ਸਾਰੇ। ਲਓ ਜੀ, ਹੁਣ ਉੱਪਰਲੇ ਪਾਸੇ ਅਸੀਂ ਨਿਕਲਣ ਲੱਗੇ ਹਾਂ, ਅਤੇ ਬਹੁਤ ਸੋਹਣਾ ਰਿਹਾ ਉੱਪਰਲੇ ਪਾਸੇ, ਰੈਸਟੋਰੈਂਟ ਦਾ ਏਰੀਆ, ਹੋਰ ਸਾਰਾ ਐਕਸਪਲੋਰ ਕਰਨ ਨੂੰ ਬਹੁਤ ਸਾਰੀਆਂ, ਕਾਫੀ ਸਾਰੀਆਂ ਚੀਜ਼ਾਂ ਹੈ ਨਾ, ਅਤੇ ਵਧੀਆ ਟਾਈਮ ਸਪੈਂਡ ਹੋ ਸਕਦਾ ਹੈਗਾ। ਅਤੇ ਹੁਣ ਅਸੀਂ ਇੱਥੋਂ ਚੱਲੇ ਜੀ ਲੇਕ ਲੂਇਸ, ਜਿਹੜੀ ਇੱਕ ਹੋਰ ਦੇਖਣ ਵਾਲੀ ਮਸ਼ਹੂਰ ਬੈਂਫ ਨੈਸ਼ਨਲ ਪਾਰਕ ਦੀ ਬਹੁਤ ਸਭ ਤੋਂ ਵਧੀਆ ਚੀਜ਼ ਹੈਗੀ ਜਿਹਨੂੰ ਲੋਕ ਦੇਖਣ ਦੇ ਲਈ ਆਉਂਦੇ ਆ, ਅਤੇ ਤੁਹਾਨੂੰ ਉਹ ਦਿਖਾ ਕੇ ਹੁਣ ਲਿਆਉਂਦੇ ਅਸੀਂ। ਇਹ ਬੈਂਫ ਨੈਸ਼ਨਲ ਪਾਰਕ ਦੇ ਅੰਦਰ ਹੀ ਜੀ, ਅਤੇ ਹੁਣ ਅਸੀਂ ਆਏ ਹਾਂ ਇੱਥੇ ਇੱਕ ਵਾਟਰਫਾਲ ਦੇਖਣ ਦੇ ਲਈ, ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਵੱਡਾ ਇਹ, ਪੂਰੇ ਦਿਨ 'ਚ ਵੀ ਨਹੀਂ ਮਤਲਬ ਘੁੰਮਿਆ ਜਾ ਸਕਦਾ, ਨੈਸ਼ਨਲ ਪਾਰਕ ਇੰਨਾ ਲੰਬਾ, ਅਤੇ ਇਹਦੇ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ, ਅਤੇ ਦਰਿਆ ਦਾ ਪਾਣੀ ਵਾਹ ਕਮਾਲ ਆ, ਇੰਨਾ ਸਾਫ਼ ਆ। ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਅਸੀਂ ਜਾ ਕੇ ਇੱਧਰ, ਪਹਿਲਾਂ ਵਾਟਰਫਾਲ। ਵਾਹ ਕਿਆ ਬਾਤ ਹੈ, ਇਹ ਵਾਟਰਫਾਲ ਹੈ ਜੀ, ਇਹਨੂੰ ਬੋ ਵਾਟਰਫਾਲ ਬੋਲਦੇ ਆ। ਸਵਿਟਜ਼ਰਲੈਂਡ 'ਚ ਦੇਖੇ ਸੀ ਪਹਿਲਾਂ, ਜਾਂ ਆਇਰਲੈਂਡ 'ਚ ਦੇਖੇ ਸੀਗੇ, ਅਤੇ ਰੀਸੈਂਟਲੀ ਹੁਣ ਆਈਸਲੈਂਡ 'ਚ ਵੀ ਵਾਟਰਫਾਲ ਦੇਖ ਕੇ ਆਏ ਹਾਂ। ਸਾਰੇ ਵਾਟਰਫਾਲ ਬਹੁਤ ਸੋਹਣੇ ਸੀਗੇ। ਅਤੇ ਇਹ ਭੈਣੇ ਰਿਵਰ ਦਾ ਨਾਮ ਕੀ ਹੈ ਜੀ ਇਹਦਾ? ਬੋ ਰਿਵਰ ਜੀ, ਜਿਹੜੀ ਆਪਾਂ ਕੱਲ੍ਹ ਕੈਲਗਰੀ 'ਚ ਵੀ ਡਾਊਨਟਾਊਨ 'ਚ ਦੇਖੀ ਸੀ। ਹਾਂਜੀ ਹਾਂਜੀ ਹਾਂਜੀ, ਉਸੇ ਰਿਵਰ ਦਾ ਹੀ ਵਾਟਰਫਾਲ ਆ ਇਹ। ਅੱਛਾ, ਉੱਥੋਂ ਹੀ, ਇੱਥੋਂ ਹੀ ਨਿਕਲਦਾ, ਮਤਲਬ ਇਹਨਾਂ ਪਹਾੜਾਂ 'ਚੋਂ ਨਿਕਲਦਾ ਇਹ ਜਿਹੜਾ ਬੋ ਰਿਵਰ? ਹਾਂਜੀ, ਠੀਕ ਹੈ ਠੀਕ ਹੈ ਜੀ। ਅਤੇ ਬੜਾ ਸਾਫ਼ ਸੁਥਰਾ ਪਾਣੀ ਹੈ ਯਾਰ, ਜਿਵੇਂ ਕੈਨੇਡਾ ਦੇ ਪਾਣੀ ਨੂੰ ਦੇਖਦੇ ਹੁੰਦੇ ਸੀ ਨਾ, ਐਨ ਪਿਓਰ ਨੀਲਾ ਨੀਲਾ ਦੇਖੋ, ਪੌਣ ਪਾਣੀ ਬਹੁਤ ਸ਼ੁੱਧ ਹੈ ਧਰਤੀ ਦਾ। ਇੱਥੇ ਵੀ ਦੇਖੋ
ਤੇ ਕਿੰਨੀ ਭੀੜ ਹੈ। ਟਾਊਨ 'ਚ ਵੀ ਪਹਿਲਾਂ ਇੰਨੀ ਭੀੜ ਸੀ, ਹੋਰ ਕੋਈ ਬੰਦਾ ਨਹੀਂ, ਸਾਰੇ ਮਤਲਬ ਗੋਰੇ ਗੋਰੇ। ਇਹੋ ਜਿਹੇ ਦਿਨ ਤਾਂ ਨਾ ਇਹਨਾਂ ਨੂੰ ਪਸੰਦ ਬਹੁਤ ਆਉਂਦੇ, ਸਾਨੂੰ ਤਾਂ ਇਹ ਥੋੜ੍ਹੀ ਤਿੱਖੀ ਧੁੱਪ ਲੱਗ ਰਹੀ ਅੱਜ, ਅਤੇ ਇਹ ਤਾਂ ਇਹਨਾਂ ਨੂੰ ਸਨੀ ਡੇ ਬੋਲਦੇ ਆ, ਮਤਲਬ ਇਹਨਾਂ ਦਿਨਾਂ 'ਚ ਇਹ ਬਾਹਰ ਨਿਕਲਦੇ ਆ ਪ੍ਰੋਪਰਲੀ ਵੀ ਅੱਜ ਘੁੰਮ ਫਿਰ ਕੇ ਆਈਏ। ਕੰਮ ਤੋਂ ਵੀ ਛੁੱਟੀ ਕਰ ਦਿੰਦੇ ਆ, ਕਹਿੰਦੇ ਇੰਨੀ ਕੁ ਗਰਮੀ ਦਾ, ਕਹਿੰਦੇ ਵੀ ਅੱਜ ਤਾਂ ਇੰਜੋਏ ਕਰਨ ਵਾਲਾ ਦਿਨ ਹੈ, ਕਿਉਂਕਿ ਠੰਡਾ ਇੰਨੀਆਂ ਪੈਂਦੀਆਂ ਇਹਦੇ ਦੇਸ਼ਾਂ 'ਚ, ਹੈ ਨਾ, ਵੀ ਅੱਜ ਇੰਜੋਏ ਕਰੋ, ਘੁੰਮੋ ਫਿਰੋ, ਨਜ਼ਾਰੇ ਲਓ, ਬੀਚ 'ਤੇ ਬੈਠੋ। ਇਹ ਵੀ ਬੀਚ ਵਾਲੀ ਫੀਲਿੰਗ ਹੀ ਹੈ। ਵਿੰਟਰ 'ਚ ਤੁਹਾਨੂੰ ਦੱਸਾਂ ਇੰਨੀ ਕੁ ਜ਼ਿਆਦਾ ਸਨੋਅ ਇੱਥੇ, ਮਤਲਬ ਆ ਸਾਰਾ ਕਹਿੰਦੇ ਆ ਜਿਹੜਾ ਰਿਵਰ ਹੈ ਬੋ ਰਿਵਰ, ਇਹ ਵੀ ਜੰਮ ਜਾਂਦਾ ਹੈਗਾ ਸਾਰੇ ਦਾ ਸਾਰਾ। ਜੇ ਤੁਹਾਨੂੰ ਨਾ ਅਸੀਂ ਆਪਣਾ ਪਰਸਨਲ ਐਕਸਪੀਰੀਅੰਸ ਦੱਸੀਏ ਜੋ ਅਸੀਂ ਡਿਸਕਸ ਕਰ ਰਹੇ ਸੀ ਹੁਣ, ਇਹਨਾਂ ਦਿਨਾਂ 'ਚ ਸਾਨੂੰ ਅਜੇ ਰੁੱਖਾ ਰੁੱਖਾ ਜਿਹਾ ਲੱਗ ਰਿਹਾ, ਮਤਲਬ ਇਹ ਸਤੰਬਰ ਦਾ ਮਹੀਨਾ ਚੱਲਦਾ। ਮੈਨੂੰ ਇਹ ਲੱਗਦਾ ਵੀ ਜੇ ਬੈਂਫ ਨੂੰ ਪ੍ਰੋਪਰਲੀ ਘੁੰਮਣਾ ਹੋਵੇ ਨਾ, ਮਤਲਬ ਬਹੁਤ ਸੋਹਣਾ ਜਿਹਦੇ 'ਚ ਲੱਗਦਾ, ਜਾਂ ਤਾਂ ਅਸੀਂ ਨੈਕਸਟ ਟਾਈਮ ਜਦੋਂ ਆਏ ਜਾਂ ਤਾਂ ਮਈ 'ਚ ਆਵਾਂਗੇ, ਮਤਲਬ ਜਦੋਂ ਵਿੰਟਰ ਦਾ ਜਿਹੜਾ ਸੀਜ਼ਨ ਹੈ ਲੰਘ ਕੇ ਹਟਦਾ, ਹੈ ਨਾ, ਮਈ ਟਾਈਮ ਸਭ ਤੋਂ ਸੋਹਣਾ, ਜਾਂ ਫਿਰ ਸਾਨੂੰ ਮਹੀਨਾ ਕੁ ਹੋਰ ਲੇਟ ਆਉਣਾ ਚਾਹੀਦਾ। ਸੋ ਉਦੋਂ ਜਿਹੜੀਆਂ ਤੁਹਾਨੂੰ ਮਾਊਂਟੇਨ ਜਿੰਨੀਆਂ ਦਿਖਦੀਆਂ, ਸਾਰੇ ਮਾਊਂਟੇਨ ਰੇਂਜ ਦੇ ਉੱਪਰ ਸਨੋ ਕਵਰਡ ਹੋ ਜਾਂਦੀ ਹੈ, ਚਿੱਟੀਆਂ ਪਹਾੜੀਆਂ ਹੋ ਜਾਂਦੀਆਂ ਨੇ, ਅਤੇ ਥੱਲੇ ਜਿਵੇਂ ਨੀਲੇ ਦਰਿਆ, ਗਰੀਨਰੀ, ਮਤਲਬ ਕਲਰ 3-4 ਆ ਜਾਂਦੇ ਨੇ, ਅਤੇ ਹੋਰ ਵੀ ਫਿਰ ਉਹਨੂੰ 4 ਚੰਨ ਲਾਉਂਦਾ, ਹੋਰ ਵੀ ਖੂਬਸੂਰਤ ਲੱਗਦਾ। ਇਹ ਅਸੀਂ ਪਹੁੰਚ ਗਏ ਹਾਂ ਜੀ ਸਭ ਤੋਂ ਖੂਬਸੂਰਤ ਝੀਲ। ਵੈਸੇ ਤਾਂ ਕੈਨੇਡਾ ਨੂੰ ਝੀਲਾਂ ਦਾ ਦੇਸ਼ ਕਿਹਾ ਜਾਂਦਾ, ਅਤੇ ਉਹਨਾਂ ਸਾਰੀਆਂ 'ਚੋਂ ਇੱਕ ਸੋਹਣੀ ਇਹ ਹੈ ਜੀ ਲੇਕ ਲੂਇਸ, ਅਤੇ ਜਿਹਨੂੰ ਦੁਨੀਆ ਭਰ ਤੋਂ ਲੋਕ ਦੇਖਣ ਆਉਂਦੇ ਨੇ। ਪਾਣੀ ਇਹਦਾ ਦੇਖੋ ਕਿੰਨਾ ਪਿਓਰ ਹੈ, ਅਤੇ ਬਹੁਤ ਲੋਕ ਇਹ ਲੇਕ ਨੂੰ ਦੇਖਣ ਆਉਂਦੇ, ਬਹੁਤ ਵੱਡੀ ਹੈ, ਇੱਧਰਲੇ ਪਾਸੇ ਨੂੰ ਕਾਫੀ ਜ਼ਿਆਦਾ ਵੱਡੀ ਹੈ, ਪਹਾੜਾਂ ਦੇ ਵਿੱਚ ਹੈ ਇਹ, ਅਤੇ ਪੂਰੇ ਮਤਲਬ ਗਲੇਸ਼ੀਅਰ ਪਿਘਲ ਪਿਘਲ ਇਹਨਾਂ ਦਾ ਪਾਣੀ ਆਉਂਦਾ, ਇਸੇ ਕਰਕੇ ਜਿਹੜਾ ਤੁਹਾਨੂੰ ਇਹ ਝੀਲ ਦਾ ਪਾਣੀ ਹੈ ਇੰਨਾ ਜ਼ਿਆਦਾ ਸਾਫ਼ ਹੈ। ਹਾਂਜੀ, ਡੈਪਥ ਤਾਂ ਇਹਦਾ ਆਈਡੀਆ ਨਹੀਂ ਲਾਇਆ ਜਾਂਦਾ, ਤੁਹਾਨੂੰ ਪਤਾ ਕਾਫੀ ਸਾਰੀਆਂ ਡੈਥਸ ਹੁੰਦੀਆਂ ਹਰੇਕ ਸਾਲ ਕੈਨੇਡਾ ਦੀਆਂ ਝੀਲਾਂ 'ਚ, ਲੋਕ ਨਹਾਉਣ ਲੱਗ ਜਾਂਦੇ ਆ, ਕਿਉਂਕਿ ਆਹ ਦੇਖੋ। ਹਾਂਜੀ ਆਹ ਦੇਖੋ, ਇੱਥੋਂ ਪੱਥਰ ਸਿੱਧਾ ਥੱਲੇ ਡੀਪ ਨੇ, ਪਾਣੀ ਦੇਖੋ ਯਾਰ ਕਿੰਨਾ ਪਿਓਰ ਹੈ, ਕਿਆ ਬਾਤ ਹੈ, ਕਿੰਨਾ ਸਾਫ਼ ਪਾਣੀ ਯਾਰ, ਹੈ ਨਾ, ਇਹੋ ਜਿਹਾ ਪਾਣੀ ਪਹਿਲੀ ਵਾਰੀ ਦੇਖਿਆ, ਸਰਦਾਈ ਕਲਰ ਦਾ। ਇੱਥੇ ਪਿੱਛੇ ਰਿਜ਼ੋਰਟ ਹੋਟਲਸ ਵੀ ਬਣੇ ਹੋਏ ਆ ਸਾਹਮਣੇ, ਤੁਸੀਂ ਦੇਖ ਸਕਦੇ ਹੋ, ਅਤੇ ਇੱਥੇ ਆ ਕੇ ਲੋਕ ਸਟੇਅ ਕਰਦੇ ਆ, ਰਾਤ ਨੂੰ ਰਹਿੰਦੇ ਆ। ਪਰ ਕੈਲਗਰੀ ਤੋਂ ਬਾਹਲੀ ਦੂਰ ਵੀ ਨਹੀਂ ਮੇਰੇ ਖਿਆਲ 'ਚ, ਸਾਰੀ 2 ਘੰਟੇ ਦੀ ਡਰਾਈਵ ਹੈ ਕੈਲਗਰੀ ਤੋਂ, 2 ਘੰਟੇ ਦੀ ਡਰਾਈਵ 'ਤੇ ਲੇਕ ਲੂਇਸ ਇਹ ਆ ਜਾਂਦੀਆਂ। ਬੈਂਫ ਨੈਸ਼ਨਲ ਪਾਰਕ ਦੇ ਵਿੱਚ ਹੀ ਹੈ, ਅਤੇ ਪਰ ਜਿਹੜਾ ਅਸੀਂ ਬੈਂਫ ਟਾਊਨ ਹੈ ਉੱਥੋਂ 45 ਮਿੰਟ ਦੀ ਡਰਾਈਵ ਹੈ। ਜਿਹੜਾ ਨਾ ਲੇਕ ਲੂਇਸ ਦਾ ਏਰੀਆ ਕਾਫੀ ਜ਼ਿਆਦਾ ਵੱਡਾ ਹੈਗਾ, ਆਲੇ ਦੁਆਲੇ ਦੇ ਤੁਰਨ ਫਿਰਨ ਨੂੰ ਮਤਲਬ ਲੋਕਾਂ ਦੇ ਸੈਰ ਕਰਨ ਨੂੰ ਬਣਾਇਆ ਹੋਇਆ ਹੈਗਾ। ਅਤੇ ਜਿਹੜਾ ਰਿਵਰ ਹੈਗਾ ਬੋ ਰਿਵਰ ਤੁਹਾਨੂੰ ਦੱਸਿਆ ਸੀ, ਉਹਦਾ ਓਰੀਜਨ ਵੀ ਇਸੇ ਲੇਕ 'ਚ ਹੁੰਦਾ, ਅਤੇ ਪੂਰੇ ਗਲੇਸ਼ੀਅਰਾਂ ਦਾ ਜਿਹੜਾ ਰੌਕੀ ਮਾਊਂਟੇਨ ਨਾ, ਪੂਰੇ ਗਲੇਸ਼ੀਅਰਸ ਦਾ ਘਰ ਹੈ ਇਹ, ਬਹੁਤ ਸਾਰੇ ਗਲੇਸ਼ੀਅਰ ਨੇ ਇਹ ਪੂਰੇ ਮਾਊਂਟੇਨ ਦੇ ਰੇਂਜ ਦੇ ਵਿੱਚ, ਹੈ ਨਾ। ਸਰਦੀਆਂ 'ਚ ਜਿਵੇਂ ਤੁਹਾਨੂੰ ਦੱਸਿਆ ਪੂਰਾ ਬਰਫ਼ ਨਾਲ, ਇਹ ਸਭ ਤੋਂ ਵੱਧ ਬਰਫ਼ ਪੈਂਦੀ ਹੈ ਏਰੀਆ 'ਚ, ਬਰਫ਼ ਨਾਲ ਢੱਕ ਜਾਂਦਾ ਹੈਗਾ। ਗਰਮੀਆਂ 'ਚ ਫਿਰ ਉਹ ਪਿਘਲ ਪਿਘਲ ਇਹ ਲੇਕਸ ਦੇ ਵਿੱਚ ਲੇਕ ਪਾਣੀ ਦਾ ਰੂਪ ਧਾਰ ਲੈਂਦੇ, ਤਾਂ ਹੀ ਕਰਕੇ ਸਾਰਾ ਜਿਹੜਾ ਪਾਣੀ ਇੰਨਾ ਸ਼ੁੱਧ ਆ। ਉਹ ਪਿਛਲੇ ਪਾਸੇ ਨਾ ਸੂਰਜ ਦੀ ਰੌਸ਼ਨੀ ਬਹੁਤ ਤੇਜ਼ ਹੈ, ਤਾਂ ਕਰਕੇ ਗਲੇਸ਼ੀਅਰ ਦਿਖ ਨਹੀਂ ਰਹੇ, ਜਿਹੜੇ ਉਹ ਸਾਹਮਣੇ ਵਾਲੇ ਪਹਾੜ ਆ ਅਤੇ ਉਹਦੇ ਵਿੱਚ ਗਲੇਸ਼ੀਅਰ ਆ। ਸਾਨੂੰ ਵੈਸੇ ਨੰਗੀ ਅੱਖ ਨਾਲ ਇਸ ਤਰ੍ਹਾਂ ਦਿਖਦਾ, ਕੈਮਰੇ ਦੇ ਵਿੱਚ ਆਉਂਦਾ ਨਹੀਂ, ਉਹ ਗਲੇਸ਼ੀਅਰ ਨਾਲ ਭਰਿਆ ਹੋਇਆ ਜਿਹੜਾ ਸਾਹਮਣੇ ਵਾਲਾ ਪਹਾੜ ਹੈ। ਅਤੇ ਜਿਹੜੀਆਂ ਕੈਨੇਡਾ ਦੀਆਂ ਇੱਕ ਵੱਡੀਆਂ ਝੀਲਾਂ ਦੇ ਵਿੱਚੋਂ ਇਹ ਝੀਲ ਆਉਂਦੀ ਹੈਗੀ, ਬਹੁਤ ਸੋਹਣੀ ਹੈ। ਆਹ ਵਿੰਟਰ ਦਾ ਵਿਊ ਲੱਗਿਆ ਹੋਇਆ ਹੈਗਾ ਜੀ ਲੇਕ ਲੂਇਸ ਦਾ, ਦੇਖੋ ਵਿੰਟਰ 'ਚ ਐਨ ਚਿੱਟੀ ਹੋ ਜਾਂਦੀ ਹੈ ਪ੍ਰੋਪਰ, ਅਤੇ ਐਵਲਾਂਚ ਦਾ ਵੀ ਡੇਂਜਰ ਰਿਸਕ ਜ਼ੋਨ ਹੈ, ਐਵਲਾਂਚ ਬਹੁਤ ਆਉਂਦੇ ਆ। ਦੇਖਣ ਵਾਲਾ ਵੈਸੇ ਸਮਰ 'ਚ ਹੀ ਹੈ, ਪਰ ਉਹੀ ਹੈ ਵੀ ਜ਼ਿਆਦਾ ਸਮਰ ਵੀ ਨਾ ਹੋਵੇ, ਅਤੇ ਅਪ੍ਰੈਲ ਮਈ ਉਹ ਮਹੀਨੇ ਮੈਨੂੰ ਸਭ ਤੋਂ ਵਧੀਆ ਲੱਗੀ ਜਾਂਦੇ ਆ।
ਸਨਸੈਟ ਅਸੀਂ ਸੋਚਿਆ ਇੱਥੇ ਦੇਖ ਕੇ ਜਾਵਾਂਗੇ। ਦੇਖੋ ਕਿੰਨਾ ਪਿਆਰਾ ਵਿਊ ਹੈ ਯਾਰ ਪੂਰੀ ਲੇਕ ਦਾ, ਵਾਹ ਕਿਆ ਬਾਤ ਹੈ। ਏਰੀਆ ਪਤਾ ਨਹੀਂ ਕਿੰਨਾ, ਅਲਟੀਟਿਊਡ ਵੀ ਵਾਹ ਵਾ ਹੋਣਾ। ਕਲਰ ਨਾ ਇਹਦਾ ਧੁੱਪ ਨਾਲ ਹੀ ਰਿਫਲੈਕਟ ਕਰਦਾ, ਜਿੱਥੇ ਜਿੱਥੇ ਧੁੱਪ ਪੈਂਦੀ ਹੈ ਉੱਥੇ ਸਰਦਾ ਹੀ ਦਿਖਦਾ ਹੈਗਾ। ਸੋ ਇਹ ਸੀ ਆਪਣਾ ਅੱਜ ਦਾ ਵਲੋਗ, ਅਤੇ ਜਿਹਦੇ 'ਚ ਅਸੀਂ ਬੈਂਫ ਦੇਖਿਆ ਅਤੇ ਸਾਰਾ ਆਲਾ ਦੁਆਲਾ ਦੇਖਿਆ। ਅਤੇ ਬਾਈ ਹੁਣੇ ਦਾ, ਹਰਮਨ ਹੁਣੇ ਦਾ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ, ਅੱਜ ਸਾਰਾ ਦਿਨ ਨਾਲ ਘੁੰਮ ਫਿਰ ਕੇ ਆਲਾ ਦੁਆਲਾ ਦਿਖਾਇਆ। ਅਤੇ ਹੁਣ ਆਪਾਂ ਕੱਲ੍ਹ ਨੂੰ ਕੈਲਗਿਰੀ ਤੋਂ ਫਿਰ ਹਾਜ਼ਰ ਹੋਵਾਂਗੇ। ਨੇੜੇ ਤੇੜੇ ਦੀਆਂ ਸਭ ਤੋਂ ਸੋਹਣੀ ਜਗ੍ਹਾ ਤਾਂ ਕੈਲਗਿਰੀ ਦੇ ਨੇੜੇ ਇਹੀ ਹੈ, ਬਟ ਹੋਰ ਵੀ ਕੁਛ ਦੇਖਣ ਵਾਲਾ ਹੈਗਾ, ਉਹ ਵੀ ਤੁਹਾਨੂੰ ਦਿਖਾਉਣਾ। ਸੋ ਜੁੜੇ ਰਹੋ ਤੁਸੀਂ ਆਪਣੇ ਸਫ਼ਰ ਨਾਲ ਕੈਲਗਿਰੀ ਤੋਂ, ਅਤੇ ਮਿਲਦੇ ਹਾਂ ਜੀ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ। ਗੁੱਡ ਬਾਏ, ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।